ਜੀ ਅਸਲਾਮ ਵਾਲੇਕੁਮ ਜੀ ਜੈਦੀ ਮਾਲਕ ਫੇਸਬੁੱਕ ਲਾਈਵ ਮੋਨੀਟਾਈਜ਼ ਚੈਨਲ ਦੇ ਪਲੇਟਫਾਰਮ ਤੋਂ ਤੁਹਾਡੇ ਨਾਲ ਹੈ ਜੀ। ਅੱਜ ਮੁਲਤਾਨ ਦੇ ਵਿੱਚ ਉਸਤਾਦ ਅਖਲਾਕ ਖਾਨ ਪਾਰਟੀ ਦੇ ਰਿੰਗ ਲੀਡਰ ਉਸਤਾਦ ਉਸਮਾਨ ਹਰ ਦੇ ਨਾਲ ਲਾਈਵ ਹੋਏ। ਸ਼ੇਰ ਦਿਲਾਂ ਦਾ ਸ਼ੌਕ ਮੈਂ ਤੁਹਾਨੂੰ ਦੋਸਤਾਂ ਨੂੰ ਪਹਿਲਾਂ ਅਪਡੇਟ ਕੀਤਾ ਸੀ। ਗੱਪਸ਼ਪ ਕਰਦੇ ਹਾਂ, ਕਾਫੀ ਦੇਰ ਦੇ ਬੈਠੇ ਸੀ ਲੇਕਿਨ ਗੁਫ਼ਤਗੂ ਦਾ ਹੀ ਜਿਹੜਾ ਸਿਲਸਿਲਾ ਚੱਲ ਰਿਹਾ ਸੀ। ਮੈਂ ਤੁਹਾਨੂੰ ਦੇਖੋ ਮੇਰੀ ਬੈਗ ਦੇ ਉੱਤੇ ਤੁਸੀਂ ਛੱਤ ਦਾ ਨਜ਼ਾਰਾ ਤਾਂ ਕਰ ਚੁੱਕੇ ਹੋ। ਆਗਾਜ਼ ਕਰਾਂਗੇ ਇਨਸ਼ਾਅੱਲਾ ਤਾਲਾ, ਗੱਪਸ਼ਪ ਵੀ ਕਰਾਂਗੇ। ਲਾਈਕ ਕਮੈਂਟ ਸ਼ੇਅਰਿੰਗ ਦੇ ਨਾਲ ਨਾਲ ਤੁਹਾਡੇ ਸਟਾਰ ਦੀ ਵੀ ਬੜੀ ਜ਼ਰੂਰਤ ਹੈ ਮੋਨੋਟਾਈਜ਼ ਦਾ ਚੈਨਲ ਜੀ। ਇਹਦੇ ਵਿੱਚ ਮੇਰੀ ਕੋਸ਼ਿਸ਼ ਤਾਂ ਹਮੇਸ਼ਾ ਇਹ ਹੁੰਦੀ ਹੈ ਕਿ ਦੋਸਤਾਂ ਨੂੰ ਦੋਸਤਾਂ ਦੇ ਨਾਲ ਜੋੜੀ ਰੱਖੀਏ। ਉਹਦੇ ਵਿੱਚ ਜੋੜਨ ਦਾ ਬਹਾਨਾ ਸਿਰਫ ਇਹ ਹੁੰਦਾ ਕਿ ਕੁਝ ਪਰਸਨੈਲਿਟੀਜ਼ ਐਸੀ ਹੁੰਦੀਆਂ ਨੇ ਜਿਹਨਾਂ ਕੋਲ ਸਿੱਖਣ ਦਾ ਵੀ ਮੌਕਾ ਮਿਲਦਾ ਹੈ। ਹਸਬ ਨਸਬ ਦੇ ਹਵਾਲੇ ਨਾਲ ਹਰ ਚੀਜ਼ ਦਾ ਜਦੋਂ ਲੋਕ ਖਿਆਲ ਕਰਦੇ ਨੇ ਨਾ, ਇਹਨਾਂ ਦੇ ਵਿੱਚ ਵੀ ਜਿਹੜਾ ਵਰਲਡ ਦੇ ਵਿੱਚ ਵੀ ਹਸਬ ਨਸਬ ਬਹੁਤ ਸਾਰਾ ਹੁੰਦਾ। ਅਤੇ ਅੱਜ ਉਸਤਾਦ ਅਖਲਾਕ ਖਾਨ ਪਾਕਿਸਤਾਨ ਦੇ ਹਵਾਲੇ ਨਾਲ ਇੱਕ ਕਹਿ ਲਓ ਕਿ ਲੀਜੈਂਡ ਔਰ ਬੜੇ ਮਾਇਆਨਾਦ ਉਸਤਾਦ ਗੁਜ਼ਰੇ ਨੇ। ਮਰਹੂਮ ਬਹੁਤ ਹੀ ਦਿਲਨਵਾਜ਼ ਪਰਸਨੈਲਿਟੀ ਦੇ ਮਾਲਕ ਸਨ, ਪੜ੍ਹੇ ਲਿਖੇ ਔਰ ਮੁਹੱਬਤ ਕਰਨ ਵਾਲੇ ਇਨਸਾਨ ਸਨ। ਮੇਰੀ ਉਹਨਾਂ ਨਾਲ ਮੁਲਾਕਾਤਾਂ ਰਹਿੰਦੀਆਂ ਸੀ ਜਦੋਂ ਵੀ ਮੇਰੇ ਦੋਸਤ UK ਤੋਂ ਤਸ਼ਰੀਫ ਲਿਆਉਂਦੇ ਸਨ, ਅਮਜਦ ਭਾਈ UK ਤੋਂ, ਅਤੇ ਫਿਰ ਖਾਨ ਸਾਹਿਬ ਨਾਲ ਗੱਪਸ਼ਪ ਹੋ ਜਾਂਦੀ ਸੀ। ਉਹਨਾਂ ਵਿੱਚ ਫਿਰ ਬਹੁਤ ਸਾਰੀਆਂ ਡਿਸਕਸ ਮਾਮਲਾਤ ਕਰੀਦੇ ਸੀ ਕਬੂਤਰਬਾਜ਼ ਦੇ ਹਵਾਲੇ ਨਾਲ। ਅਤੇ ਅੱਜ ਉਹਨਾਂ ਦੇ ਲਾਡਲੇ ਸ਼ਿਗਰਦ ਉਹਨਾਂ ਨਾਲ ਫੈਮਲੀਟਰਨ ਦੇ ਇਹਨਾਂ ਦੇ ਯਾਨੀ ਕਿ ਕਬੂਤਰਬਾਜ਼ੀ ਤੋਂ ਪਹਿਲਾਂ ਦੇ ਵੀ ਸਿੱਖਦੇ ਸੀ। ਉਸਮਾਨ ਭਾਈ ਮੇਰੇ ਨਾਲ, ਉਹ ਤੁਸੀਂ ਬੈਕ 'ਤੇ ਦੇਖ ਰਹੇ ਹੋ ਦੂਰ ਹਾਲੇ ਫਿਲਹਾਲ, ਲੇਕਿਨ ਅਸੀਂ ਲੈ ਕੇ ਆਵਾਂਗੇ ਇਹਨਾਂ ਨਾਲ ਇਹਨਾਂ ਨੂੰ, ਅਤੇ ਫਿਰ ਨਾਲ ਨਾਲ ਗੱਪਸ਼ਪ ਵੀ ਕਰਾਂਗੇ। ਇਹ ਬਰਡ ਤੁਸੀਂ ਹੁਣ ਦੇਖ ਰਹੇ ਹੋ ਕਿ ਇਸ ਟਾਈਮ ਖੁੱਲ੍ਹ ਗਏ ਨੇ, ਅਤੇ ਟਾਈਮ ਵੀ ਬੜਾ ਸ਼ਾਨਦਾਰ ਹੋ ਗਿਆ ਮਾਸ਼ਾਅੱਲਾ ਜੀ। ਜੀ ਬਲਾਲ ਨਵਾਜ਼ ਮੇਰੇ ਨਾਲ ਆਏ ਨੇ ਜੀ, ਮਾਸ਼ਾਅੱਲਾ ਜੇਲਮ ਤੋਂ ਜੀ, ਵੈਲਕਮ ਹੋਗਾ ਜੀ। ਬਲਾਲ ਭਾਈ ਕੀ ਹਾਲ ਆ ਜੀ? ਜੀ ਸਰਦਾਰ ਵਿਕਰਮਜੀਤ ਸਿੰਘ ਜੀ ਵੈਲਕਮ ਹੋਗਾ ਜਨਾਬ ਜੀ। ਜੀ ਵੈਲਕਮ ਜੀ ਜਨਾਬ, ਮੁਲਤਾਨ ਤੋਂ ਜੀ, ਮੁਲਤਾਨ ਤੋਂ ਜਨਾਬ। ਸ਼ਬਾਜ਼ ਅਲੀ, ਮਲਕ ਸ਼ਬਾਜ਼ ਅਲੀ ਜੀ ਵੈਲਕਮ ਹੋ ਗਿਆ ਜੀ। ਕੀ ਹਾਲ ਚਾਲ ਭਰਾ ਦਾ, ਠੀਕ ਠਾਕ ਹੋ ਜੀ? ਜੀ ਦੋਸਤੋ ਜੁੜੇ ਰਹੋ ਅਤੇ ਲਾਈਕ ਕਮੈਂਟ ਸ਼ੇਅਰਿੰਗ ਦੇ ਨਾਲ ਨਾਲ ਜੀ। ਹਮਾਇਓ ਹਰ ਮੇਰਾ ਖਿਆਲ ਉਸਮਾਨ ਭਾਈ ਦਾ ਸ਼ੇਅਰ ਨਹੀਂ ਹੈਗਾ ਜੀ, ਵੈਸੇ ਇਹ ਬੜਾ ਬੜਾ ਅੱਛਾ ਬੜਾ ਸ਼ਰਾਰਤੀ ਹੈ, ਜਦੋਂ ਵੀ ਮੈਂ ਆਉਣ ਹੁੰਦਾ ਤਾਂ ਹਮੇਸ਼ਾ ਹੀ। ਚੱਲ ਵੀ ਉਸਮਾਨ ਆ ਜਾ ਫਿਰ ਯਾਰ, ਅੱਜ ਤੇਰੇ ਨਾਲ ਮੁਲਾਕਾਤ ਵੀ ਹੋ ਜਾਏ ਫਿਰ। ਆਸਫ ਭਾਈ ਵੈਲਕਮ ਹੋਗਾ ਜੀ, ਜ਼ੀਸ਼ਾਨ ਅਲੀ ਜੀ ਵੈਲਕਮ ਹੋਗਾ, ਜ਼ੀਸ਼ਾਨ ਅਲੀ ਜੀ ਸਾਡੇ ਮੀਡੀਆ ਆਰਗਨਾਈਜ਼ਰ ਨੇ ਜੀ ਕਸੂਰ ਤੋਂ ਜੀ, ਲਾਲੇ ਮਾਜਦ ਦੇ ਉਹਨਾਂ ਤੋਂ ਹਵਾਲੇ ਨਾਲ ਪਲੇਟਫਾਰਮ ਤੋਂ ਕੰਮ ਕਰਦੇ ਪਏ ਨੇ ਜੀ। ਜੀ ਉਸਮਾਨ ਸਾਡੇ ਨਾਲ ਵੀ ਲਵ ਯੂ ਕਰ ਲਓ ਜਨਾਬ, ਉਸਮਾਨ ਭਾਈ ਕਹਿੰਦੇ ਤਾਂ ਨਹੀਂ ਨਾ ਹੈਗੇ ਜੀ, ਉਸਮਾਨ ਕਹਿ ਰਿਹਾ ਜੀ ਆਪਣਾ। ਠੀਕ ਹੈ ਜੀ, ਲਓ ਜੀ ਮੈਂ ਨਾ ਕੈਮਰੇ ਦਾ ਰੁੱਖ ਜਿਹੜਾ ਨਾ ਆਪਣਾ ਚੇਂਜ ਕਰਦਾ, ਥੋੜ੍ਹਾ ਗੁਫ਼ਤਗੂ ਕਰੀਏ ਕਿਉਂਕਿ ਇਹਦਾ ਮਜ਼ਾ ਨਹੀਂ ਫਿਰ ਆਉਂਦਾ। ਮੈਂ ਮੇਰਾ ਖਿਆਲ ਹੁੰਦਾ ਕਿ ਪਹਿਲਾਂ ਥੋੜ੍ਹੀ ਜਿਹੀ ਗੁਫ਼ਤਗੂ ਵੀ ਨਾਲ ਨਾਲ ਹੋਵੇ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਹੈਲੋ ਜੀ, ਖਿਦਮਤ ਔਰ ਮਿਆਰ ਦੇ 7 ਸਾਲ ਲਏ ਜਿੱਦੀ ਉਸਮਾਨ ਹਰ ਦੇ ਛਾਤੇ ਆ ਗਿਆ ਜੀ। ਦੋਸਤੋ ਤੁਹਾਨੂੰ ਅੱਗੇ ਮੈਂ ਅਪਡੇਟ ਕੀਤਾ ਸੀਗਾ ਕਿ ਲਾਈਕ ਸ਼ੇਅਰ ਕਮੈਂਟ ਦੇ ਨਾਲ ਨਾਲ ਤੁਹਾਡੇ ਸਟਾਰ ਦੀ ਵੀ ਬੜੀ ਜ਼ਰੂਰਤ ਹੈ, ਕਿਉਂਕਿ ਮੇਰਾ ਚੈਨਲ ਜਿਹੜਾ ਮੋਨੀਟਾਈਜ਼ ਹੋ ਚੁੱਕਿਆ ਹੋਇਆ ਇਹ ਤੁਹਾਡੇ ਦੋਸਤਾਂ ਦੀ ਦੁਆਵਾਂ ਨਾਲ ਅਤੇ ਮੁਹੱਬਤਾਂ ਦੇ ਨਾਲ। ਅਤੇ ਜਿਹੜੀ ਪਰਸਨੈਲਿਟੀ ਮੇਰੇ ਸਾਹਮਣੇ ਇਸ ਟਾਈਮ ਮੌਜੂਦ ਹੈ, ਮੈਂ ਕੁਝ ਦਿਨ ਪਹਿਲਾਂ ਵੀ ਆਇਆ ਸੀ, ਉਦੋਂ ਮੈਂ ਬਹੁਤ ਸਾਰੇ ਕਬੂਤਰ ਦੇਖੇ ਸੀ, ਲੇਕਿਨ ਖਿਆਲ ਇਹ ਹੁੰਦਾ ਕਿ ਉਹ ਕਬੂਤਰ ਦਿਖਾਏ ਜਾਣ ਜਿਹਦੇ ਨਾਲ ਨਾ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਅਤੇ ਜ਼ਿਆਦਾ ਸ਼ੌਕ ਅੱਛਾ ਹੋ ਜਾਏ। ਜੇ ਉਸਤਾਦ ਅਖਲਾਕ ਖਾਨ ਦੇ ਹਵਾਲੇ ਨਾਲ ਜੇ ਦੇਖਿਆ ਜਾਏ ਤਾਂ ਉਹਨਾਂ ਦੇ ਸ਼ੇਰਦਿਲ ਕਬੂਤਰਾਂ ਨੇ ਜਾਂ ਲੋਹੇ ਚੀਨਿਆਂ ਨੇ ਬੜਾ ਨਾਂ ਕਮਾਇਆ। ਅੱਜ ਮੇਰੀ ਖਾਹਿਸ਼ ਹੈ ਕਿ ਅਸੀਂ ਪ੍ਰੋਗਰਾਮ ਬਹੁਤਾ ਲੈਂਥੀ ਨਾ ਕਰੀਏ, ਤਾਂ ਕਿ ਮੇਰੇ ਨਾਲ ਦੋਸਤ ਮੇਰੇ ਜੁੜੇ ਰਹਿਣ ਔਰ ਉਹਨਾਂ ਕੋਲ ਉਹ ਪੈਗਾਮ ਪਹੁੰਚੇ ਜਿਹੜਾ ਮੈਂ ਉਹਨਾਂ ਨੂੰ ਪੈਗਾਮ ਦੇਣਾ ਚਾਹੁੰਦਾ ਪੁਰਾਣੀ ਨਸਲਾਂ ਦੇ ਹਵਾਲੇ ਨਾਲ ਜੀ, ਕਬੂਤਰਬਾਜ਼ੀ ਹੋਵੇ। ਉਹਦੇ ਵਿੱਚ ਸ਼ੇਰਦਿਲਾਂ ਨੂੰ ਅੱਲਾਹ ਪਾਕ ਦੀ ਦਾਸ ਨੇ ਬੜਾ ਇੱਕ ਅਹਿਮ ਮਕਾਮ ਦਿੱਤਾ, ਕਿਉਂਕਿ ਉਹਨਾਂ ਦਾ ਜ਼ਿਕਰ ਖੈਰ ਹੀ ਮਰਹੂਮ ਦਾ ਸ਼ੇਰਦਿਲਾਂ ਦੇ ਹਵਾਲੇ ਨਾਲ ਜ਼ਿਆਦਾ ਹੋਇਆ, ਜਾਂ ਲੋਹੇ ਚੀਨਾਂ ਦੇ ਹਵਾਲੇ ਨਾਲ ਵੀ ਉੱਦਾਂ ਹੋਇਆ, ਲੇਕਿਨ ਸ਼ੇਰਦਿਲਾਂ ਦੇ ਹਵਾਲੇ ਨਾਲ ਜ਼ਿਆਦਾ। ਲੇਕਿਨ ਫਿਰ ਵੀ ਹੋ ਸਕਦਾ ਕਿ ਮੇਰੀ ਗੱਲ ਪਾਇਦਾਰ ਨਾ ਆਵੇ, ਉਸਮਾਨ ਭਾਈ ਉੱਤੇ ਜ਼ਿਆਦਾ ਰੋਸ਼ਨੀ ਡਾਲਣਗੇ। ਅਤੇ ਇਸ ਦੇ ਨਾਲ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਕੋਈ 2-3 ਐਸੇ ਕਬੂਤਰ ਜ਼ਰੂਰ ਦਿਖਾਏ ਜਾਣ ਜਿਹਨਾਂ ਨਾਲ ਕੁਛ ਸਿੱਖਣ ਦਾ ਮੌਕਾ ਮਿਲੇ। ਅਤੇ ਖੂਬਸੂਰਤੀਆਂ ਤਾਂ ਇਹਨਾਂ ਦੇ ਵਿੱਚ ਵੈਸੇ ਹੀ ਕੁੱਟ ਕੁੱਟ ਕੇ ਭਰੀਆਂ ਹੋਈਆਂ ਨੇ, ਜਿੱਦਾਂ ਦੇ ਖਾਨ ਸਾਹਿਬ ਆਪ ਬੜੇ ਖੂਬਸੂਰਤ ਸਨ ਮਾਸ਼ਾਅੱਲਾ, ਉਸੇ ਤਰ੍ਹਾਂ ਦੇ ਉਹਨਾਂ ਦੇ ਕਬੂਤਰ ਵੀ ਖੂਬਸੂਰਤ ਸੀ ਜੀ। ਦੋਸਤਾਂ ਦੀ ਮਾਸ਼ਾਅੱਲਾ ਇੱਕ ਜੀ ਤਾਦਾਦ ਜੁੜਨੀ ਸ਼ੁਰੂ ਹੋ ਗਈ ਹੈ ਜੀ,
ਤੁਹਾਡੀ ਵਜ੍ਹਾ ਤੋਂ ਲੋਕ ਸਾਨੂੰ ਦੇਖਦੇ ਨੇ ਜੀ। ਉਸਮਾਨ ਭਾਈ, ਉਸਮਾਨ ਭਾਈ ਕੀ ਹਾਲ ਹੈ? ਅਲਹਮਦੁਲਿਲਾ ਜੀ ਭਾਈ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਦੋਸਤਾਂ ਨੂੰ ਸਭ ਨੂੰ ਜੋੜਿਆ ਹੋਇਆ ਇਸ ਸ਼ੌਕ ਤੋਂ ਰਿਲੇਟਡ ਦੋਸਤਾਂ ਨੂੰ। ਬਹੁਤ ਸ਼ੁਕਰੀਆ, ਵੈਲਕਮ। ਇਹ ਜਿਹੜੇ ਵੀ ਦੋਸਤ ਨੇ ਨਾ ਮੀਡੀਆ ਤੋਂ ਰਿਲੇਟਡ, ਉਹਨਾਂ ਦੀ ਮਿਹਨਤ ਹੈ, ਕੋਸ਼ਿਸ਼ ਹੈ ਜੀ ਭਾਈ। ਇਹ ਜਿੱਦਤ ਪਹਿਲੇ ਨਹੀਂ ਸੀਗੀ ਜੀ, ਏਦਾਂ ਹੀ ਹੈ ਜੀ। ਇਹ ਬੜਾ ਪਲੱਸ ਪੁਆਇੰਟ ਹੈ ਹੁਣ। ਹਾਂਜੀ, ਇਹ ਨਈ ਚੀਜ਼ਾਂ ਸ਼ਾਮਲ ਹੋਈਆਂ ਨੇ। ਬਿਲਕੁਲ ਇਸ ਤਰ੍ਹਾਂ ਹੀ। ਹਾਂਜੀ। ਅੱਛਾ ਉਸਮਾਨ ਭਾਈ, ਇਹ ਸ਼ੌਕ ਦੇ ਹਵਾਲੇ ਨਾਲ ਸਿਲਸਿਲੇ ਤੇ ਗੱਲਾਂ ਤੇ ਆ ਜਾ ਕੇ ਉਸੇ ਤਰ੍ਹਾਂ ਦੀ ਹੁੰਦੀਆਂ ਨੇ ਨਾ, ਲੇਕਿਨ ਫਿਰ ਵੀ ਜਿੱਦਾਂ ਆਪਾਂ ਹੁਣ ਜੀ ਮੀਟਿੰਗ ਕਾਫੀ ਦੇਰ ਦੇ ਆਪਾਂ ਲੱਗੇ ਸੀ, ਬਹੁਤ ਸਾਰੇ ਦੁੱਖ ਸੁੱਖ ਵੀ ਕੀਤੇ, ਗੱਪਸ਼ਪ ਵੀ ਹੋਈ ਕਬੂਤਰਾਂ ਦੇ ਹਵਾਲੇ ਨਾਲ ਵੀ, ਪੂਰੇ ਪਾਕਿਸਤਾਨ 'ਚ ਨਹੀਂ ਬਲਕਿ ਪੂਰੀ ਦੁਨੀਆ 'ਚ। ਇਹ ਇੱਕ ਐਸੀ ਫੈਮਿਲੀ ਹੈ ਕਬੂਤਰ ਪਰਵਰ ਕਿ ਤੁਸੀਂ ਜਿੱਥੇ ਵੀ ਜਾਓ ਅਤੇ ਬਾਹਾਂ ਖੋਲ੍ਹ ਕੇ ਹੀ ਮਤਲਬ ਦੋਸਤ ਮਿਲਦੇ ਨੇ। ਉਹਨਾਂ 'ਤੇ ਫਰਜ਼ ਹੋ ਜਾਂਦਾ ਕਿ ਦੋਸਤ ਆਇਆ ਤੇਰੀ ਖਿਦਮਤ ਕੀਤੀ ਜਾਏ, ਹੈਂਜੀ, ਭਾਵੇਂ ਘਰ ਵਾਲਿਆਂ ਦੀ ਖਿਦਮਤ ਨਾ ਕੀਤੀ ਜਾਵੇ। ਇੱਦਾਂ ਹੀ ਹੈ ਜੀ। ਅੱਛਾ, ਇਹ ਤੁਹਾਨੂੰ ਇਹ ਸ਼ੌਕ ਦੀ ਲੱਤ ਕੋਈ ਫੈਮਿਲੀ ਦੇ ਵਿੱਚ ਪਹਿਲਾਂ ਵੀ ਸੀਗੇ ਜਾਂ ਕਿ ਤੁਹਾਨੂੰ ਇਕੱਲਿਆਂ ਨੂੰ ਹੀ? ਇਹ ਸਾਡੇ ਭਾਈਆਂ ਤੋਂ ਜਾਣੇ ਸ਼ੁਰੂ ਹੋਏ। ਅੱਛਾ, ਤੋਂ ਪਿੱਛੇ ਯਾਨੀ ਪੀੜ੍ਹੀ 'ਚ ਕਿਸੇ ਨੂੰ ਨਹੀਂ ਸੀ ਜੀ? ਠੀਕ ਹੋ ਗਿਆ। ਮੇਰੇ ਵਾਲਿਦ ਸਾਹਿਬ ਨੂੰ ਸ਼ੌਕ ਰਿਹਾ। ਅੱਛਾ ਜੀ। ਉਹ ਊਠ ਲੜਾਉਂਦੇ ਰਹੇ ਨੇ। ਊਂਠ? ਹਾਂ, ਬਹੁਤ ਜ਼ਿਆਦਾ। ਅੱਛਾ, ਪੰਜਾਬ ਲੈਵਲ ਜੀ ਜੀ ਜੀ। ਫਿਰ ਉਹਨਾਂ ਨੇ ਉਹਨੂੰ ਛੱਡ ਦਿੱਤਾ ਜੀ। ਠੀਕ ਹੋ ਗਿਆ। ਕਬੂਤਰਾਂ ਦਾ ਜਿਹੜਾ ਸ਼ੌਕ ਹੈ ਨਾ, ਜਰਮਸ ਤੇ ਸਨ ਨਾ ਸ਼ੌਕ ਦੇ, ਯਕੀਨਨ ਜੀ, ਬਿਲਕੁਲ। ਅਸੀਂ ਛੋਟੇ ਸੀਗੇ ਤੇ ਸਾਨੂੰ ਛੋਟੇ ਬਰਡ ਦਾ ਸ਼ੌਕ ਹੋ ਗਿਆ, ਵੱਡੇ ਦੀ ਬਜਾਏ ਸਾਡਾ ਸ਼ੌਕ ਇਸ ਪਾਸੇ ਆ ਗਿਆ। ਨਹੀਂ, ਉਹ 'ਚ ਉਸਮਾਨ ਭਾਈ ਜਿਹੜੀ ਨਾ ਇੱਕ ਚੀਜ਼ ਜਿਹੜੀ ਨਾ, ਮੈਂ ਸੋਚ ਰਿਹਾ ਸੀ ਗੱਲਾਂ ਜਿਹਨਾਂ ਕਾਫੀ ਸਾਰੀਆਂ ਕਿ ਖਾਨ ਸਾਹਿਬ ਨਾਲ ਕਿੱਦਾਂ ਤਲਕ ਜੁੜਿਆ ਹੈ ਜਿਹੜਾ ਖਾਨ ਸਾਹਿਬ ਨਾਲ, ਜ਼ਮਾਨ ਪਾਕ ਦੇ ਹਵਾਲੇ ਨਾਲ ਕਿੱਦਾਂ? ਅਸਲ 'ਚ ਨਾ ਸਾਡਾ ਉਹਨਾਂ ਦਾ ਕਬੂਤਰਬਾਜ਼ੀ ਦਾ ਤਾਲੁਕ ਨਹੀਂ ਜੀ, ਫੈਮਿਲੀ ਟਰਮਸ ਨੇ। ਉਹਨਾਂ ਦੇ ਬੇਟੇ ਨਜ਼ਰ ਸਈਦ ਖਾਨ ਸਾਹਿਬ ਜਿਹੜੇ ਸਰਬਰਾਹ ਨੇ ਆਲ ਓਵਰ ਦਾ ਵਰਲਡ, ਬਿਲਕੁਲ, ਉਹ ਮੇਰੇ ਵੱਡੇ ਭਾਈ ਦੇ 1 ਕਲਾਸ ਦੇ ਕਲਾਸ ਫੈਲੋ, ਯਾਨੀ ਕਿ ਲੰਗੋਟੀ ਹੈ ਕਿ ਹਾਂ, ਬਚਪਨ ਦੇ ਹੁਣ ਤੱਕ ਇੱਥੇ ਜਦੋਂ ਖਾਨ ਸਾਹਿਬ ਮੁਲਤਾਨ ਵਿੱਚ ਪੋਸਟਡ ਸੀਗੇ ਜੀ। ਅੱਛਾ, ਖਾਨ ਸਾਹਿਬ ਮੁਲਤਾਨ ਪੋਸਟਡ ਰਹੇ ਨੇ ਚੀਫ ਕੰਜ਼ਰਵੇਟਿਵ ਤੇ ਸਨ, ਬੜੀ ਬੜੀ ਜੰਗਲਾਤ ਦੇ। ਉਸ ਟਾਈਮ ਨਾ ਇਹ ਮੇਰੇ ਭਾਈ ਤੇ ਨਜ਼ਰ ਭਾਈ ਇਕੱਠੇ ਪੜ੍ਹਦੇ ਸਨ ਜੀ। ਠੀਕ ਹੋ ਗਿਆ। ਇਹ ਬਾਅਦ ਵਿੱਚ ਪਤਾ ਲੱਗਿਆ ਬਈ ਕਬੂਤਰ ਵੀ ਹਨ, ਤੇ ਫਿਰ ਮੈਂ ਰੋਲਾ ਪਾਇਆ। ਠੀਕ, ਮੈਂ ਕਿਹਾ ਮੈਨੂੰ ਕਬੂਤਰ ਚਾਹੀਦੇ ਨੇ। ਫਿਰ ਇਹ ਸਿਲਸਿਲਾ ਚੱਲਿਆ ਸੀ। ਫਿਰ ਉਹਨਾਂ ਨੇ ਬਹੁਤ ਸ਼ਫਕਤ ਕੀਤੀ, ਮਾਸ਼ਾਅੱਲਾ, ਯਾਨੀ ਅਸੀਂ ਉਹਨਾਂ ਦੇ ਮੇਨ ਜੋੜੇ ਹੀ, ਉਹ ਵੀ ਤੋੜ ਫੋੜ ਕੇ ਲੈਣ ਕੇ, ਅੰਕਲ ਜੇ ਨਰ ਲੈ ਕੇ ਜਾਨਵਰ, ਬਹੁਤ ਹੀ ਪਿਆਰ ਮਿਲਿਆ ਜੀ ਜੀ। ਇਹ ਨਹੀਂ ਕਿ ਮੈਂ ਜੇਦੀ ਭਾਈ ਮੀਡੀਆ 'ਤੇ ਜਾਂ ਪਾਰਟੀ ਬੇਸ 'ਤੇ ਗੱਲ ਕਰ ਰਿਹਾ, ਮੈਂ ਖੁਸ਼ਨਸੀਬੀ ਸਮਝਦਾ ਸਹੀ ਸਾਡਾ ਤਾਲੁਕ ਖਾਨ ਸਾਹਿਬ ਨਾਲ ਜੀ ਜੀ। ਯਕੀਨਨ, ਦੇਖੋ ਜੀ, ਅੱਲਾ ਪਾਕ ਦੀ ਜ਼ਾਤ ਉਹਨਾਂ ਨੇ ਐਸੀ ਹਸਤੀ ਨਸੀਬ ਕੀਤੀ, ਇਸ ਤਰ੍ਹਾਂ ਹੀ ਆ, ਇਸ ਤਰ੍ਹਾਂ। ਅੱਛਾ ਉਸਮਾਨ ਭਾਈ, ਇਹ ਤੁਹਾਡੇ ਇੱਕ ਦੋਸਤ ਆਦਿਲ ਭਾਈ ਨੇ, ਉਹ ਕਹਿੰਦੇ ਜੀ ਉਸਮਾਨ ਭਾਈ ਮੇਰਾ ਸਲਾਮ ਕਿਹੋ ਜੀ। ਵਾਲੇਕੁਮ ਅਸਲਾਮ। ਦੇਖੋ ਹੁਣ ਇਹ ਦੋਸਤਾਂ ਦਾ ਇਹ ਸਿਲਸਿਲਾ ਜੁੜ ਜਾਣਾ ਜੀ, ਕਈਆਂ ਦੋਸਤਾਂ ਦਾ ਮੈਂ ਜ਼ਿਕਰ ਨਹੀਂ ਕਰ ਸਕਣਾ, ਉਹ ਦੋਸਤ ਨਾਰਾਜ਼ ਨਾ ਹੋਣ, ਮਤਲਬ ਹੁਣ ਦਿਲ ਦੇਖੋ ਨਾ, ਦਿਲ ਫੈਂਕੇ ਜਾ ਰਹੇ ਆ, ਟਕ 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 ਹੋ ਰਹੀ ਹੈ ਸਾਰੀ ਜਿਹੜੀ, ਉਹ ਇਸ ਸਿਲਸਿਲਾ ਨਾਲ ਜੁੜਿਆ ਰਹਿਣਾ। ਲੇਕਿਨ ਦੋਸਤ ਨੂੰ ਨਾਰਾਜ਼ ਨਾ ਹੋਇਓ ਜਿਹਨਾਂ ਦੋਸਤਾਂ ਦਾ ਮੈਂ ਜ਼ਿਕਰ ਨਾ ਕਰ ਸਕਿਆ, ਅਤੇ ਉਹ ਚੁੱਕੇ ਅਸੀਂ ਹੁਣ ਕਬੂਤਰ ਵੀ ਦਿਖਾਉਣੇ ਨੇ, ਗੱਪਸ਼ਪ ਵੀ ਨਾਲ ਨਾਲ ਕਰਨੀ ਜੀ। ਉਸਮਾਨ ਭਾਈ, ਅਸੀਂ ਨਾ ਇੱਕ ਦਫ਼ਾ ਚੱਲੀਏ ਖੁੱਡੇ ਵਾਲੀ ਸਾਈਡ ਦੇ ਉੱਤੇ, ਠੀਕ ਹੈ ਨਾ ਜੀ? ਉਹਦੇ ਵਿੱਚ ਨਾਲ ਨਾਲ ਫਿਰ ਅਸੀਂ ਵਿੱਚ ਥੋੜ੍ਹਾ ਜਿਹਾ ਵਕਫਾ ਲਵਾਂਗੇ ਵਿੱਚ ਨਾਲ ਗੱਲਾਂ ਦੇ ਦੌਰਾਨ, ਲੇਕਿਨ ਨਾਲ ਨਾਲ ਇੱਕ ਇੱਕ ਦਾ ਕਬੂਤਰ ਵੀ ਨਾਲ ਦਿਖਾਵਾਂਗੇ ਜੀ, ਠੀਕ ਹੈ ਜੀ? ਤਾਂ ਕਿ ਨਾਲ ਸਿਲਸਿਲਾ ਜੁੜਿਆ ਰਹੇ। ਆਪਾਂ ਚੱਲੀਏ ਖੁੱਡਿਆ ਜੀ ਹੁਣ ਜੀ। ਲਓ ਜੀ, ਉਸਮਾਨ ਭਾਈ ਨੂੰ ਮੈਂ ਨਾਲ ਲੈ ਕੇ ਚੱਲਾਂ ਜੀ। ਹੁਣ ਫਿਰ ਪਹਿਲਾਂ ਮੈਂ ਸਟਾਰਟ ਕਰਾਂਗਾ ਜੀ ਲੋਹੇ ਚੀਨੇ ਤੋਂ, ਕਿਉਂਕਿ ਉਸਮਾਨ ਭਾਈ ਇਹਦਾ ਜ਼ਿਕਰ ਬਹੁਤ ਘੱਟ ਹੁਣ ਆ ਰਿਹਾ ਜੀ, ਕਬੂਤਰ ਪਰੀ ਦੇ ਹਵਾਲੇ ਜੇ ਦੇਖੇ ਜਾਂਦੇ। ਮੈਂ ਚਾਹੁੰਦਾ ਕਿ ਮੈਂ ਉਹਨਾਂ ਤੋਂ ਸਟਾਰਟ ਕਰਾਂ ਪਹਿਲਾਂ। ਅੱਛਾ, ਤੁਸੀਂ ਨਾ ਜੀ ਪਹਿਲੇ ਓਵਰਆਲ ਮੇਰੇ ਮਸ਼ਵਰੇ ਵਿਊ ਲੈ ਲਓ। ਮੈਂ ਲੈ ਲੈਣਾ ਇੱਕ ਵਾਰ ਅੰਦਰ ਕਰਕੇ ਨਾ। ਨਹੀਂ, ਬਾਹਰ ਸੋ, ਠੀਕ ਹੈ। ਨਹੀਂ, ਇਹਨੂੰ ਅੰਦਰ ਆ ਜਾਓ। ਠੀਕ ਹੈ, ਠੀਕ ਹੈ। ਇਹਨੂੰ ਬੱਚੇ ਨੂੰ ਕਵਾਂਗੇ ਨਾ, ਇਹ ਖੁੱਡੇ 'ਚ ਕਰਕੇ ਨਾ। ਹਾਂਜੀ, ਠੀਕ ਹੋ ਗਿਆ। ਤੇ ਫਿਰ ਇਹ ਫੜ ਕੇ ਸਾਨੂੰ ਸਾਡੀ ਮਰਜ਼ੀ ਦੀ ਚੀਜ਼ ਜੀ। ਠੀਕ ਹੋ ਗਿਆ। ਇਹ ਦੇਖਣਾ, ਇਹ ਨਾਲ ਲਾ ਦਿਓ ਸਾਕਟ। ਲਓ ਜੀ, ਲਓ ਜੀ ਦੋਸਤੋ, ਅਸੀਂ ਜੀ ਹੁਣ ਫਿਰ ਤੀਸਰੇ ਨੰਬਰ ਤੇ, ਜਿਹੜੀ ਇਹ ਹੁਣ ਦੂਸਰੇ ਨੰਬਰ ਤੇ ਆ ਨਾ ਜੀ, ਇਹ ਲੋਹੇ ਚੀਨੇ ਨੇ ਮਾਦਾ ਬੈਠੀ। ਠੀਕ, ਠੀਕ ਹੋ ਗਿਆ। ਜਿਹਦਾ ਮੈਂ ਤੁਹਾਨੂੰ ਉਹ ਰਿਜ਼ਲਟ ਤੇ ਕਹਾਣੀ ਦੱਸ ਰਿਹਾ ਸੀ ਨਾ ਸਾਰੀ ਬਈ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਉਹ ਕੀ ਬਾਤ ਹੈ, ਮਾਸ਼ਾਅੱਲਾ। ਔਰ ਦੇਖੋ ਕੈਸੀ ਦੀ ਸਿਟਿੰਗ ਹੈ ਜੀ,
ਸਰ ਅਸਲ ਗੱਲ ਤੇ ਦੇਖੋ ਰਿਜ਼ਲਟ ਦੀ ਹੈ ਨਾ, ਇਹ ਤੇ ਚਲੋ ਖੂਬਸੂਰਤੀਆਂ ਦੇ ਪੁਆਇੰਟ ਨੇ, ਲੇਕਿਨ ਇਹਨਾਂ ਨੇ ਸਾਨੂੰ ਬੜੀਆਂ ਪਰਵਾਜ਼ਾਂ ਦਿੱਤੀਆਂ ਨੇ। ਅੱਛਾ ਉਸਮਾਨ ਭਾਈ, ਜਿਹੜਾ ਮੈਂ ਨਾ ਖਾਨ ਸਾਹਿਬ ਕੋਲ ਜਦੋਂ ਇਹ ਕਬੂਤਰ ਦੇਖਿਆ ਨਾ, ਤੁਸੀਂ ਇੱਧਰ ਆਓ ਸਾਡੇ ਨਾਲ ਰੋਸ਼ਨੀ ਪੈਣ ਚਾਹੀਦੀ ਤੇ, ਇਹ ਜਦੋਂ ਮੈਂ ਕਬੂਤਰ ਦੇਖੇ ਨਾ ਖਾਨ ਸਾਹਿਬ ਕੋਲ, ਤੇ ਉਹਨਾਂ ਨੇ ਮੈਨੂੰ ਦਿਖਾਇਆ ਉਹਨਾਂ ਦੇ ਨਾ ਫਿੱਕੇ ਫਿੱਕੇ ਜੌਂ ਸੀ, ਥਿਮ ਸੀਗੇ ਉਹਨਾਂ ਦੇ ਗੱਟਾਂ ਨਾਲ, ਉਹਨਾਂ ਦੇ ਜਿਹੜੇ ਗਰਦਨ ਲੰਬੀਆਂ ਨਹੀਂ ਸੀ, ਠੀਕ ਹੈ ਨਾ, ਉਹਨਾਂ ਦੀ ਛਾਤੀਆਂ ਚੌੜੀਆਂ ਸਨ। ਤੇ ਕੋਈ ਏਦਾਂ ਦਾ ਬਰਡ ਹੋਵੇ ਜਿਹਨੂੰ ਮੈਂ ਉਹ ਦੇਖਾਂ ਤੇ ਮੇਰਾ ਸ਼ੌਕ ਪੂਰਾ ਹੋਵੇ? ਮੈਂ ਤੁਹਾਨੂੰ ਦੱਸਿਆ ਨਾ, ਵੱਡਾ ਜੋੜੇ ਪਏ ਨੇ ਦੋ ਫੈਕਟਰੀ, ਸਹੀ ਉਹਨਾਂ ਦੀ ਪੱਠੀ ਹੈ। ਅੱਛਾ ਕਲਰ ਦਾ ਨਾ ਥੋੜਾ ਬਹੁਤ ਸ਼ੇਡ ਦਾ ਜੇਦੀ ਬਾਈ ਫਰਕ ਆਂਦਾ ਹੈ। ਹਾਂਜੀ ਸਹੀ, ਕੋਈ ਡਾਰਕ ਸਨ, ਕੁਝ ਦੇ ਇੱਥੇ ਛੱਟੇ ਜ਼ਰਾ ਜ਼ਿਆਦਾ ਖੁੱਲੇ ਸਨ। ਹਾਂਜੀ ਇਹ ਸ਼ੁਰੂ ਤੋਂ ਸਨ ਜੀ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਸਮਾਨ ਭਾਈ, ਇਹ ਤੇ ਵਾਈਟ ਦੇਖਦੇ ਸਾਰੀ ਅੰਦਾਜ਼ਾ ਹੋ ਜਾਂਦਾ ਕਿ ਇਹ ਸ਼ੇਰ ਦਿਲ, ਠੀਕ ਹੈ ਨਾ ਜੀ। ਇਹਨਾਂ ਦੀ ਸ਼ਕਲ ਸ਼ਬਾਤ ਇਹਨਾਂ ਦੇ ਵਿੱਚ ਮੈਂ ਉਹ ਦੇਖਦਾ ਪਿਆ, ਵਿੱਚ ਲਾਲ ਜੌ ਵਿੱਚ ਆਉਂਦੇ ਪਏ ਵਿੱਚ ਕਹਿੰਦੇ ਹੈ ਨਾ ਜੀ, ਜੋ ਉਹਨਾਂ ਦੇ ਵਿੱਚ ਜ਼ਿਆਦਾ ਨੇ ਥੋੜੇ ਜਿਹੇ। ਹਾਂਜੀ ਹਾਂਜੀ, ਇਹਨਾਂ ਵਿੱਚ ਇਹ ਸਿਲਸਾ ਨਾਲ ਹੁੰਦਾ ਜੀ? ਬਿਲਕੁਲ ਹੁੰਦਾ। ਇਹਨਾਂ ਦੇ ਵਿੱਚੋਂ ਹੋਰ ਕਿਹੜੇ ਕਿਹੜੇ ਕਲਰ ਨਿਕਲਦੇ ਨੇ? ਦੇਖੋ ਜੀ, ਇੱਕ ਤੇ ਦੇਖੋ ਇਹ ਕਬੂਤਰ ਬੈਠਾ ਹੈ ਇਹ ਵਾਲਾ। ਹਾਂਜੀ ਇਹ ਬਿਲਕੁਲ ਸਫੈਦ ਹੋ ਗਿਆ। ਹਾਂਜੀ ਬਿਲਕੁਲ ਠੀਕ ਹੈ। ਇਹਨਾਂ ਦੀ ਅੱਖਾਂ 'ਚ ਰਿੰਗ ਸ਼ਿੰਗ ਬੜੇ ਖੂਬਸੂਰਤ ਨਿਕਲਦੇ ਨੇ। ਇੱਕ ਇੱਕ ਕਾਲੇ ਜੌਂ 'ਚ ਬੈਠੇ ਨੇ, ਫਿਰ ਹਾਂਜੀ ਲਾਲ ਜੌਂ, ਲਾਲ ਵਿੱਚ ਆਇਆ ਨਾਲ। ਹਾਂਜੀ ਕਾਲ ਨੋਕੇ ਵੀ ਨਿਕਲਦੇ ਨੇ। ਹਾਂਜੀ ਇਹਨਾਂ ਦੀ ਚੁੰਝਾਂ ਗ੍ਰੇ ਵੀ ਹੈਗੀਆਂ ਨੇ ਵਿੱਚ ਸਾਰੀਆਂ। ਹਾਂਜੀ ਗ੍ਰੇ ਹਨ, ਬਿਲਕੁਲ ਹੈ। ਵਾਈਟ ਵੀ ਆਇਆ ਨੇ। ਹਾਂਜੀ ਠੀਕ ਹੋ ਗਿਆ। ਲਓ ਜੀ ਦੋਸਤੋ, ਮੇਰਾ ਖਿਆਲ ਆ ਕਿ ਅਸੀਂ ਜਿਹੜਾ ਨਾ ਹੁਣ ਇਸ ਚੀਜ਼ ਨੂੰ ਦੁਬਾਰਾ ਨੇ ਸਿਰ ਤੋਂ ਰੀਬਿਲਡ ਕਰਦੇ ਹੋਏ ਅਸੀਂ ਕਬੂਤਰ ਜਿਹੜੇ ਦਿਖਾਉਣੇ ਸੀ ਨਾ, ਮੈਂ ਹੁਣ ਫਰਮਾਇਸ਼ ਕਰਾਂਗਾ ਕਿ ਇੱਕ ਕਬੂਤਰ ਫੜਨ ਪਹਿਲਾਂ ਜੀ ਲੋਹੇ ਚੀਨਾ ਹੀ ਤੋਂ ਸਟਾਰਟ ਕਰਦੇ ਹਾਂ ਅਸੀਂ। ਉਮਾਨ ਭਾਈ ਲੋਹੇ ਚੀਨਾ ਲਾ ਆ ਬੇਟਾ, ਬਰਾਬਰ ਥੋੜ੍ਹਾ ਜਿਹਾ ਫਿਰ ਅੰਦਰ ਅੰਦਰ ਕਰ ਲਈਏ। ਹਾਂ ਕਰ ਲਈਏ, ਕਰ ਲਈਏ, ਕਰ ਲਈਏ। ਠੀਕ ਅੱਛਾ ਉਸਮਾਨ ਭਾਈ, ਇਹਨਾਂ ਦੇ ਵਿੱਚ ਨਾ ਮੈਂ ਇੱਕ ਦਫ਼ਾ ਖਾਨ ਸਾਹਿਬ ਕੋਲ ਬੈਠਾ ਸੀਗਾ। ਖਾਨ ਸਾਹਿਬ ਨੂੰ ਮੈਂ ਕਿਹਾ, ਮੈਂ ਕਿਹਾ ਖਾਨ ਸਾਹਿਬ ਇਹਨਾਂ ਦੀ ਪਛਾਣ ਕੀ ਹੋਏਗੀ? ਸਹੀ ਹੈ, ਬਸ ਇਹ ਗੱਲ ਕਰਨ ਵਾਲੀ ਤੇ ਨਹੀਂ ਹੈ। ਠੀਕ ਹੈ ਨਾ ਜੀ, ਨਹੀਂ ਕਰਨ ਵਾਲੀ ਹੈ, ਕਰਨੀ ਚਾਹੀਦੀ। ਅੱਛਾ ਚਲੋ ਠੀਕ ਹੈ, ਤੁਹਾਡੀ ਇਜਾਜ਼ਤ ਨਾਲ ਜੀ। ਮੈਂ ਕਿਹਾ ਜੀ ਮੈਂ ਕਿੱਦਾਂ ਸਮਝਾਂਗਾ ਕਿ ਇਦਾਂ ਦੇ ਜੌਂਸ ਜਾਂ ਚਿੱਟੇ ਕਬੂਤਰ ਸਾਡੇ ਕੋਲ ਵੀ ਆਏ ਨੇ? ਕਿਆ ਆਇਆ ਉਹ ਵੀ ਸ਼ੇਰ ਦਿਲ ਨੇ? ਉਹਨੇ ਕਿਹਾ ਨਹੀਂ। ਖਾਨ ਸਾਹਿਬ ਕਹਿੰਦੇ ਨਹੀਂ, ਫੌਰਨ ਉਹਨਾਂ ਨੇ ਜਵਾਬ ਦਿੱਤਾ ਨਹੀਂ। ਮੈਂ ਕਿਹਾ ਜੀ ਉਹ ਨਹੀਂ ਤੇ ਫਿਰ ਮੈਨੂੰ ਕਿੱਦਾਂ ਪਤਾ ਲੱਗੇਗਾ ਕਿ ਇਹ ਸ਼ੇਰ ਦਿਲ ਹੈ? ਕਹਿੰਦੇ ਜੀ ਹਾਂ ਕੁਝ ਚੀਜ਼ਾਂ ਉਹ ਜਿਹੜੀਆਂ ਉਹ ਉਹਨਾਂ ਤੋਂ ਮੁਨਫਰਦ ਨੇ, ਉਹਨਾਂ ਤੋਂ ਹਟ ਕੇ ਨੇ ਉਹ ਜਿਹੜੀ ਚੀਜ਼ਾਂ। ਅਸੀਂ ਜਦੋਂ ਉਹਨਾਂ ਨੂੰ ਉਸ ਤਰ੍ਹਾਂ ਦੇਖਾਂਗੇ ਨਾ, ਫਿਰ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਚੀਜ਼ਾਂ ਹੈਗੀਆਂ ਨੇ। ਮਸਲ ਇਹਨਾਂ ਦੀਆਂ ਅੱਖਾਂ ਦੇ ਵਿੱਚ ਥੋੜ੍ਹੀ ਜਿਹੀ ਪਿਲਾਹਟ ਜੀ ਟੈਪ ਆਏਗੀ। ਮੈਂ ਤੁਹਾਨੂੰ ਦੱਸਾਂ ਜੇਦੀ ਭਾਈ, ਹਾਂਜੀ ਜੇਦੀ ਨਸਲ ਆਉਂਦੀ ਹੈ ਨਾ, ਉਹਨੂੰ ਪਤਾ ਹੁੰਦਾ ਜਿਸ ਤਰ੍ਹਾਂ ਤੁਸੀਂ ਪੁੱਛੇ ਕਲਰ, ਮੈਂ ਤੁਹਾਨੂੰ ਕਿਹਾ 4-5 ਕਲਰ ਨਿਕਲ। ਹਾਂਜੀ ਹਾਂਜੀ ਇਹਦਾ ਹੀ, ਉਹ ਹਰ ਕਲਰ ਦਾ ਨਾ ਅੱਖ ਦਾ ਸ਼ੇਡ ਵੀ ਵਿੱਚ ਦੇਖੋ ਕਬੂਤਰ ਪਏ ਨੇ ਨਾ। ਯਕੀਨਨ ਹਾਂਜੀ ਉਹ ਆਉਂਦੇ ਨੇ, ਆਪਣਾ ਜਿਹੜਾ ਮਿਸਾਲ ਹੈ ਕਬੂਤਰ ਪਿੱਛੇ ਪਿਆ ਉਹ ਕਲਰ ਕੱਢਦੇ ਨੇ ਤੇ ਅੱਖ ਵੀ ਉਹ ਸੇਮ ਇੱਕੋ ਅੱਖ ਹੋਏਗੀ ਜੀ। ਠੀਕ ਹੋ ਗਿਆ, ਉਹ ਫਰਕ ਆਉਂਦਾ। ਅੱਛਾ ਸਮਾਨ ਭਾਈ, ਯਾਦ ਹੈ ਆਪਾਂ ਛਾਵੇਂ ਹੋ ਜਾਈਏ ਜਾਂ ਫਿਰ ਧੁੱਫੇ ਹੋ ਜਾਈਏ? ਦੋ ਸ਼ਕਲਾਂ ਹੋਣੀਆਂ, ਕਿਉਂਕਿ ਇੱਦਾਂ ਫਿਰ ਉਹ ਅੱਧੀ ਲਾਈਟ ਪੈਂਦੀ ਤੁਹਾਡੇ ਚਿਹਰੇ 'ਤੇ, ਫਿਰ ਉਹ ਸੇਮ ਮਜ਼ਾ ਨਹੀਂ ਆਉਂਦਾ ਸਾਰਾ। ਅਸੀਂ ਇੱਥੇ ਆਪਣਾ ਲਾਈਟ ਬਾਲ ਲੈਂਦੇ ਹਾਂ ਆਪਣੇ ਲਈ, ਅਤੇ ਹੁਣ ਠੀਕ ਹੈ ਆਏਗਾ ਜੀ। ਇਹ ਮੈਂ ਇੱਥੇ ਪਹਿਲਾਂ ਆਪਣੀ ਲਾਈਟ ਚਲਾਵਾਂ ਜੀ। ਇਹ ਆ ਗਈ ਜੀ, ਮੈਂ ਦੇਖਣਾ ਮੈਨੂੰ ਸਾਫ਼ ਨਜ਼ਰ ਆਏਗਾ ਜੀ। ਲਓ ਜੀ ਦੋਸਤੋ, ਦੇਖੋ ਜੀ ਕਿੱਦਾਂ ਨਜ਼ਰ ਆ ਰਹੇ ਨੇ, ਰਾਤ ਹਰ ਚੀਜ਼ ਨਜ਼ਰ ਆਏਗੀ, ਹੈਂ ਕਲੀਅਰ ਕ੍ਰਿਸਟਲ ਕਲੀਅਰ ਹੋਏਗੀ ਸਾਰਾ। ਠੀਕ ਹੈ ਜੀ, ਲਓ ਜੀ ਦੋਸਤੋ, ਇਹਨਾਂ ਦੇ ਰਿੰਗ ਜ਼ਰਾਤ ਤੁਹਾਨੂੰ ਬਰੀਕ ਤੋਂ ਬਰੀਕ ਤੁਹਾਨੂੰ ਨਜ਼ਰ ਆ ਰਿਹਾ ਜੀ ਸਾਰਾ ਜੀ। ਠੀਕ ਹੈ ਜੀ, ਉਸਮਾਨ ਭਾਈ ਨਜ਼ਰ ਆ ਰਿਹਾ ਸਰ? ਬਿਲਕੁਲ ਠੀਕ ਇਹ ਸਰ ਲੋਹੇ ਚੀਨੇ ਨੇ। ਅੱਛਾ ਉਸਮਾਨ ਭਾਈ, ਜਿਹੜਾ ਕੋਈ ਕੋਈ ਟਰੂ ਕਲਰ ਦੇ ਕਰੀਬ ਤਰੀਨ ਹੋਵੇ ਕੋਈ? ਇਹ ਕਰੀਬ ਤਰੀਨ ਕਲਰ ਹੈ ਸਰ। ਠੀਕ ਹੈ, ਇਹਦੀ ਮਾਂ ਇਹਦਾ ਪਿਓ ਜ਼ਮਾਨ ਪਾਰਕ ਤੋਂ ਹੀ ਆਇਆ ਹੋਇਆ ਜੀ। ਠੀਕ ਹੋ ਗਿਆ, ਉਹਦਾ ਮੈਂ ਤੁਹਾਨੂੰ ਜਿਹਦੀ ਕਹਾਣੀ ਦੱਸ ਰਿਹਾ ਸਾਂ ਵੀ ਇੱਕ ਮਾਦਾ ਐਸੀ ਹੈ ਜੋ ਉਹਦਾ ਜਿਹੜਾ ਵੀ ਬੱਚਾ ਅੱਜ ਤੱਕ ਛੱਡਿਆ ਹਾਂਜੀ ਉਹ ਛੱਡਿਆ ਬਿਲਕੁਲ, ਮੋਰ ਖਾਦੀ ਹੈ ਉਹਨੇ, ਮੋਰ ਖਾਦੀ ਉਹਦੀ ਮਾਂ ਹੈ। ਅੱਛਾ ਇਹ ਮੈਂ ਚੀਨੇ ਦੇਖਦਾ ਕਬੂਤਰ ਜਿੱਦਾਂ ਮੀਆਂ ਸਾਹਿਬ ਵਗੈਰਾ ਉਹਨਾਂ ਦੇ ਵਿੱਚ ਸੁਰਖੀ ਆਉਂਦੀ ਹੈ, ਇਹਨਾਂ ਦੇ ਵਿੱਚ ਉਹ ਸੁਰਖੀ ਨਹੀਂ ਹੈ, ਕੀ ਖਿਆਲ ਹੈ ਅਸਮਾਨ ਭਾਈ? ਬਸ ਉਹ ਹਰ ਕਿਸੇ ਨੇ ਆਪਣੇ ਹਿਸਾਬ ਨਾਲ ਸਮਝੋ ਬਣਾਏ ਨਾ, ਮੀਆਂ ਸਾਹਿਬ ਵਾਲੇ ਉਹਨਾਂ ਨੇ ਆਪਣੇ ਹਰ ਕਿਸੇ ਦਾ ਸ਼ੌਕ ਹੈ ਉਹ ਵੀ ਬਹੁਤ ਅੱਛੇ ਨੇ। ਹਾਂ ਨਹੀਂ ਨਹੀਂ ਮੈਂ ਵੈਸੇ ਕਿਹਾ ਇਹਨਾਂ ਦੇ ਵਿੱਚ ਸੁਰਖੀ ਨਹੀਂ ਆ ਰਹੀ, ਉਹਨਾਂ ਨੇ ਜ਼ਰਾ ਰੈੱਡ ਕਲਰ ਨੂੰ ਸਮਝੋ ਬਣਾਇਆ ਇਹਨਾਂ ਨੇ ਇਹਨੂੰ।
ਮਾਸ਼ਾਅੱਲਾ ਇਹਨਾਂ ਦੇ ਕੋਲ ਸਾਨੂੰ ਪਰਾਂ ਪਰਾਂ ਦਾ ਵੀ ਸ਼ੌਕ ਕਰਾਓ, ਇਹ ਇੰਨੇ ਅੱਛੇ ਉੱਡਦੇ ਪਏ ਆ ਫਰਜ਼ ਕੀਤਾ। ਲਓ ਜੀ ਦੋਸਤੋ, ਪਹਿਲਾਂ ਤਾਂ ਇਹ ਦੇਖ ਲਓ, ਡਿਵਾਈਡੀ ਸਾਰਾ ਦੇਖ ਲਓ। ਕਹਿੰਦੇ ਨੇ ਕਿ ਇਹ ਵੱਡਾ ਹੋਣਾ ਚਾਹੀਦਾ ਜੀ, ਠੀਕ ਹੈ ਜੀ। ਅਸੀਂ ਫਿਰ ਇਹਨਾਂ ਦੇ ਸਾਰੇ ਵੱਡੇ ਪਰ ਵੀ ਦਿਖਾਉਂਦੇ ਹਾਂ, ਸਾਰਾ ਫੁੱਲ ਬਦਲ ਵੀ ਤੁਹਾਨੂੰ ਬਾਅਦ ਦਿਖਾਉਂਦੇ। ਇਹਨਾਂ ਦਾ ਜੀ ਨੌਵਾਂ ਪਰ ਬੜਾ ਜੀ, ਹਾਂਜੀ, ਬਲਕਿ ਅੱਠਵਾਂ ਅਤੇ ਦਸਵਾਂ ਬਰਾਬਰ ਹੈ ਜੀ ਇਹਦਾ, ਠੀਕ ਹੈ ਜੀ। ਮੈਂ ਪੂਰਾ ਖੁੱਲ੍ਹ ਹੋਇਆ ਹੁਣ ਜੀ ਇਹਦਾ ਕੁੰਦਾ ਐਡਾ ਨਾ, ਤਾਂ ਕਿ ਮੈਂ ਫੁੱਲ ਵਿਊ ਦਿਖਾਵਾਂ। ਅੱਛਾ ਸਮਾਨ ਭਾਈ, ਇੱਕ ਚੀਜ਼ ਹੋਰ ਹੈ, ਇਹਨਾਂ ਦੀ ਨਾ ਛਾਤੀਆਂ ਮੈਂ ਬੜੀਆਂ ਚੌੜੀਆਂ ਦੇਖੀਆਂ ਸੀ। ਹਾਂਜੀ, ਇਸੇ ਤਰ੍ਹਾਂ ਇਹ ਕੁਝ ਉਸ ਤੋਂ ਘੱਟ ਚੌੜੀਆਂ। ਹਾਂ, ਇਹ ਆਪਣੀ ਮਾਂ ਤੋਂ ਸਮਝੋ ਘੱਟ ਹੈ, ਇਹਦੀ ਮਾਂ ਨੂੰ ਤੁਸੀਂ ਵੇਖੋਗੇ ਤੇ ਉਹ ਨਰ ਨਜ਼ਰੇਗਾ। ਹਾਂਜੀ ਹਾਂਜੀ ਹਾਂਜੀ, ਸਹੀ ਹੋ ਗਿਆ, ਸਹੀ ਹੈ, ਮੇਲ ਦੀ ਵਿਆਹ ਤੋਂ। ਹਾਂਜੀ, ਹਾਂਜੀ, ਕਿਆ ਬਾਤ ਹੈ ਜੀ, ਮਾਸ਼ਾ ਅੱਲਾ ਜੀ, ਫੁੱਲ ਵੀ ਅੱਜ ਦੋਸਤੋ ਦੇਖੋ ਜੀ, ਇਹਦੀ ਇਹਦਾ ਸਟਰਕਚਰ ਪੂਰਾ ਜੀ, ਇਹਦੀ ਪੂਰੀ ਦੁਮ ਤੱਕ ਜਿਹੜਾ ਸਾਰਾ ਤੁਹਾਨੂੰ ਨਜ਼ਰ ਆ ਰਿਹਾ ਜੀ, ਇਹਦਾ ਪੂਰਾ ਵਿਊ ਹੈ ਜੀ ਇਸ ਬਰਡ ਦਾ। ਇਹ ਮਾਦੀ ਹੈ ਛੋਟੀ ਜੀ, ਜਦੋਂ ਵੀ ਉੱਡੀ ਹੈ ਸ਼ਾਮ ਰਹਿ ਗਈ ਹੈ ਜੀ, ਇੱਦਾਂ ਹੀ ਹੈ ਜੀ। ਇਹ ਨਹੀਂ ਉੱਡੀ? ਅੱਛਾ, ਇਹਦੀ ਮਾਂ ਜਿਹੜੀ ਸੀ, ਇਹਦੀ ਮਾਂ ਦੇ ਜਿੰਨੇ ਬੱਚੇ ਅਸੀਂ ਅਗਰ ਉੱਡਣੇ ਛੱਡੇ ਨੇ ਨਾ, ਉਹਨਾਂ ਨੇ ਮੋਹਰ ਜ਼ਰੂਰ ਖਾਧੀ ਹੈ ਸਾਡੀ ਛੱਤ ਤੇ ਜਾਂ ਪੀਰ ਬਾਈਆਂ ਦੀ ਛੱਤ ਤੇ ਜਿੱਥੇ ਵੀ ਗਏ ਨੇ। ਕਿਆ ਬਾਤ ਹੈ, ਮਾਸ਼ਾ ਅੱਲਾ, ਇਹਦੇ ਬੱਚੇ ਵੀ ਲਾਹੌਰ ਕੱਪਾਂ 'ਚ ਪਏ ਨੇ ਜੀ। ਠੀਕ ਹੋ ਗਿਆ, ਤੇ ਇਹ ਜੋੜੀਆਂ 'ਚ ਹੀ ਆਈ ਹੈ। ਠੀਕ, ਇਹ ਸਿਰਫ ਇੱਕੋ ਪੀਸ ਪਿਆ ਜੀ? ਇਹ ਇੱਕੋ ਹੈ ਸਰ, ਇਹ ਬੜੀ ਮਿੰਨਤਾਂ ਨਾਲ ਮੇਰੇ ਵੱਡੇ ਭਾਈ ਨੇ ਦਿੱਤਾ। ਠੀਕ ਹੋ ਗਿਆ ਜੀ। ਲਓ ਜੀ, ਅਸੀਂ ਫਿਰ ਇਹਦੇ ਵਿੱਚ ਮੈਂ ਹੋਰ ਚੀਨੇ ਚੂਨੇ ਵੀ ਦੇਖਦਾ ਪਿਆ, ਉਹ ਕੀ ਨੇ ਜੀ? ਉਹ ਮੈਂ ਤੁਹਾਨੂੰ ਵੇਖਣਾ ਤਾਂ ਸਤਿਉੱਲਾ, ਮਸਲ ਇਹ ਵੀ ਚੀਨਾ ਜੇ ਕਬੂਤਰ ਮਤੀਲਾ ਜਿਸ ਸ਼ੌਕ ਕਰਵਾ ਰਿਹਾ ਜੀ। ਮਤੀਲਾ ਮਾਸ਼ਾਅੱਲਾ ਜੀ, ਬੜੇ ਅੱਛੇ ਬਰਡ ਸੰਭਾਲਦਾ ਜੀ। ਮਤੀਲਾ ਬਾਈ ਠੀਕ ਠਾਕ ਹੋ ਜੀ? ਸਮਾਨ ਬਾਈ ਦਿਖਾਓ, ਕੋਈ ਨਹੀਂ ਦੋਸ਼ ਨਹੀਂ, ਹਾਂ ਬਿਲਕੁਲ ਦੋਸ਼ ਨਹੀਂ, ਮੇਰੀ ਉਹ ਕੈਮ ਚੱਲਦੀ ਪਈ ਮੈਂ ਜੀ। ਚਲੋ ਚਲੋ, ਉਹ ਆ ਜਾਂਦਾ ਨਾ ਵਿੱਚੋਂ। ਰੋਸ਼ਨੀ ਜਿਹੀ ਨਾ ਜ਼ਿਆਦਾ ਸੀਗੀ ਉਹਦੀ ਵਜ੍ਹਾ ਤੋਂ, ਇਹਨੂੰ ਵੀ ਗੱਲ ਵੀ ਅੱਜ ਮੈਨੂੰ ਤੰਗ ਕਰਦਾ ਪਿਆ ਇਹਦੀ ਵਜ੍ਹਾ। ਉਹ ਕੀ ਹੋਇਆ ਸ਼ਰਾਬੇ ਆ, ਕਿੱਦਾਂ ਤਾਂ ਕਿੱਦਾਂ ਨਹੀਂ ਕੀਤਾ। ਅੱਛਾ, ਇਹ ਸਮਾਨ ਭਾਈ, ਇਹ ਵੀ ਚੀਨੇ ਹੈ ਲੇਕਿਨ ਨੀਲੇ ਜ਼ਿਆਦਾ ਨੇ। ਇਹ ਜਦੋਂ ਅਸੀਂ ਚੀਨੇ ਅਤੇ ਖਜ਼ਾਬ ਵਾਲੇ ਮਿਲਾਉਂਦੇ ਨਾ ਸਰ, ਇਹ ਕਲਰ ਨਿਕਲਦੇ ਨੇ, ਕੋਈ ਗਹਿਰਾ ਹੋ ਜਾਂਦਾ, ਕੋਈ ਥੋੜ੍ਹਾ ਫਿੱਕਾ, ਇਹਨਾਂ ਦੇ ਵਿੱਚ ਛੱਟੇ ਜਿਹੇ ਬਣ ਜਾਂਦੇ ਨੇ। ਉਹ ਪਹਿਲੇ ਤੁਸੀਂ ਵੇਖੀ ਹੈ ਨਾ? ਹਾਂਜੀ ਹਾਂਜੀ। ਅੱਛਾ, ਇਹਨਾਂ ਦੀ ਚੁੰਝਾਂ ਕਾਲੀਆਂ ਨੇ, ਉੱਪਰੋਂ ਜ਼ਿਆਦਾ ਗਹਿਰੇ ਨੇ, ਇਹ ਇਹਨਾਂ ਦੇ ਵੀ ਦਿਖਾਓ ਮੈਨੂੰ, ਪੱਲੇ ਕੈਸੇ ਦੇ ਹੋ, ਕੀ ਫਰਕ ਆਇਆ ਇਹਨਾਂ ਦੇ ਵਿੱਚ ਖਜ਼ਾਬ ਵਾਲੇ ਨਾਲ ਪੈਣ ਨਾਲ? ਅੱਛਾ, ਇਹਨਾਂ ਦੇ ਪਰ ਪਤਲੇ ਹੋ ਗਏ ਜੀ ਖਜ਼ਾਬ ਵਾਲੇ ਪੈਣ ਨਾਲ? ਹਾਂਜੀ ਹਾਂਜੀ ਹਾਂਜੀ। ਲੇਕਿਨ ਜਿਹੜੀ ਉਹ ਵਰਾਇਟੀ ਉਹ ਬਰਕਰਾਰ ਆ ਜੀ, ਤੇ ਪਰ ਜਿਹੜੇ ਹਾਂਜੀ ਗੱਲ ਤੇ ਉੱਡਣ ਦੀ ਹੈ ਨਾ ਸਰ, ਇਦਾਂ ਉੱਡਣਾ, ਇਦਾਂ ਹੀ ਉੱਡਣਾ, ਜੇ ਆ ਸ਼ੀਦ ਆਣਗੇ ਤੇ ਉੱਡੇਗਾ। ਸਮਾਨ ਭਾਈ ਵਾਕਈ ਹੈ ਪਰ ਵੱਡਾ ਹੋਣਾ ਚਾਹੀਦਾ ਜੇ ਦੀ ਭਾਈ, ਇਹ ਨਾ ਇਤਨੇ ਪੁਆਇੰਟ ਉਸਤਾਦ ਨੇ, ਦੇਖੋ ਸਭ ਮੇਰੇ ਤੋਂ ਬਹੁਤ ਸੀਨੀਅਰ ਸੀਨੀਅਰ ਉਸਤਾਦ ਨੇ, ਇਤਨੇ ਪੁਆਇੰਟ ਕੱਢ ਦਿੱਤੇ ਨੇ। ਜਿਹੜੀ ਸੱਚੀ ਗੱਲ ਹੈ ਕਿ ਨਵਾਂ ਬੰਦਾ ਨਾ, ਮੇਰਾ ਖਿਆਲ ਹੈ ਹਰ ਵੀਡੀਓ ਵੇਖੇ ਤੇ ਸਿਰ ਫੜ ਕੇ ਬਹਿ ਜਾਏ ਤੇ ਇੱਕ ਮਹੀਨਾ ਉਹ ਨਵੇਂ ਪੁਆਇੰਟ ਨੂੰ ਵੇਖਦਾ ਰਹੇ। ਇਤਨੀ ਮੁਸ਼ਕਿਲ ਨਹੀਂ ਸੀ, ਇੰਨੀ ਸੀ ਆਇਆ ਸੀ, ਲੇਕਿਨ ਦੇਖੋ ਉਹ ਨਾਲ ਲੋਕਾਂ ਨੂੰ ਸਮਾਨ ਵਿੱਚ ਕਿੰਨਾ ਵੀ ਜ਼ਿਆਦਾ ਮੌਕਾ ਮਿਲਿਆ। ਮੇਰੀ ਗੱਲ ਸੁਣੋ ਨਾ, ਅਸੀਂ ਮੈਂ ਤੇ ਸਮਝਦਾ ਕਿ ਬਹੁਤ ਜ਼ਿਆਦਾ ਲੋਕ ਨਾ ਪਟਰੀ ਤੋਂ ਲੈ ਗਏ ਨੇ। ਇਹਦਾ ਸਰ ਦੇਖੋ ਨਾ, ਤੁਸੀਂ ਇੱਕ ਰੇਸ ਲਾਣੀ ਹੈ ਜੀ, ਉਹਦੇ 200 ਤਰੀਕੇ ਦੇ ਦਿਓ ਇੱਕ ਬੰਦੇ ਨੂੰ, ਸਹੀ ਹੈ, ਉਹ ਜ਼ਿੰਦਗੀ ਕਿਤਨੀ ਇੱਕ ਲੰਬੀ ਹੈ, ਥੋੜੀ ਹੈ, ਹੈ ਤੇ ਉਹ ਕਿੰਨੇ ਤਜਰਬੇ ਕਰੇਗਾ ਉਹ 200 ਪੁਆਇੰਟਾਂ ਤੇ। ਲੇਕਿਨ ਉਹ ਸਾਨੂੰ ਸਾਡੇ ਉਸਤਾਦਾਂ ਨੇ, ਸੱਚੀ ਗੱਲ ਹੈ, ਇਤਨੇ ਪੁਆਇੰਟ ਨਹੀਂ ਦਿੱਤੇ ਸਾਨੂੰ, ਸੱਚੀ ਗੱਲ ਹੈ, ਉਹਨਾਂ ਨੇ ਸਾਨੂੰ ਪਰ ਦੀ ਬੇਸਿਕ ਚੀਜ਼ ਸਮਝਾਈ, ਹੱਡੀ ਦੀ ਸਮਝਾਈ, ਸਹੀ, ਠੀਕ ਹੈ, ਉਡਾਣ ਦਾ ਤਰੀਕਾ ਸਮਝਾਇਆ। ਹੁਣ ਦੇਖੋ ਅਸੀਂ ਸਾਡਾ ਸ਼ਹਿਰ ਗਰਮ ਹੈ ਨਾ, ਇੱਥੇ ਟੈਂਪਰੇਚਰ, ਅਸੀਂ ਇੱਥੇ ਉੱਡ ਹੀ ਰਹੇ ਹਾਂ,
ਅੱਜ ਦੇ ਉਸਤਾਦ ਜ਼ਿਆਦਾ ਕਾਮਯਾਬ ਨੇ ਜਾਂ ਜਿਹੜੇ ਪਰਦਾ ਕਰ ਗਏ ਨੇ ਜਿਨ੍ਹਾਂ ਨੇ ਚੀਜ਼ਾਂ ਬਣਾਈਆਂ ਸਨ ਉਹ ਆਲਾ ਜ਼ਿਆਦਾ ਆਲਾ ਸੀ ਉਸ ਟਾਈਮ ਗੱਲਾਂ ਸਨ ਇਹਦੇ ਮਤਲਬ ਮੈਂ ਆਪਣਾ ਨੁਕਤਾ ਨਜ਼ਰ ਦਊਗਾ ਤੁਸੀਂ ਪਹਿਲਾਂ ਬਾਤ ਬਿਆਨ ਕਰੋ ਮੈਂ ਗੱਲ ਕਰੂੰਗਾ ਮੈਂ ਦੇਖੋ ਨਾ ਮੈਂ ਕਿਸ ਉਸਤਾਦ ਦਾ ਸ਼ਾਗਿਰਦ ਹਾਂ ਅੱਛਾ ਖਾਨ ਸਾਹਿਬ ਮਾਸ਼ਾਅੱਲਾ ਤੁਹਾਨੂੰ ਸਾਡਾ ਉਹਨਾਂ ਦਾ ਤਾਲੁਕ ਵੀ ਪਤਾ ਹੈ ਹਾਂਜੀ ਮੈਂ ਤੁਹਾਨੂੰ ਕਹਿ ਰਿਹਾ ਉਹਨਾਂ ਨੇ ਮੈਨੂੰ ਤੇ ਉਹਨਾਂ ਨੇ ਕਦੀ ਨਹੀਂ ਦੱਸਿਆ ਕਦੀ ਨਹੀਂ ਕਿਹਾ ਤੇ ਲੁਕਾਇਆ ਵੀ ਕੁਝ ਨਹੀਂ ਹੈ ਉਹਨਾਂ ਦੀ ਇੱਕ ਆਦਤ ਸੀ ਸ਼ਾਗਿਰਦ ਕਰਦੇ ਸਨ ਤੇ ਹਫ਼ਤੇ ਦੇ ਵਿੱਚ ਕੋਈ ਟਾਈਮ ਦਿੰਦੇ ਸਨ ਕਹਿੰਦੇ ਸਨ ਕਾਪੀ ਪੈਨਸਲ ਲੈ ਕੇ ਆਉਣਾ ਕਾਪੀ ਪੈਨਸਲ ਲੈ ਕੇ ਤੋ ਡਰਾਇੰਗ ਰੂਮ ਮੈਂ ਆਪਣੇ ਮੁਝੇ ਮਿਲਣਾ ਉੱਥੇ ਮੈਨੂੰ 3-2 ਘੰਟੇ ਬੈਠੇ ਰਹੇ ਸਾਰਾ ਲੈਕਚਰ ਚੀਜ਼ਾਂ ਕਬੂਤਰ ਉੱਤੋਂ ਮੰਗਾਏ ਦਿਖਾਏ ਸਮਝਾਏ ਫਿਰ ਕਿਹਾ ਹੁਣ ਨੁਸਖੇ ਲਿਖ ਸਾਰਾ ਕੁਝ ਕਰਕੇ ਲੈ ਬਈ ਤੂੰ ਸ਼ਾਗਿਰਦ ਸੀ ਮੈਂ ਹੁਣ ਤੈਨੂੰ ਦੇ ਦਿੱਤਾ ਕਿਆ ਬਾਤ ਫਿਰ ਸਾਨੂੰ ਵਕਤਨ ਫਵਕਤਨ ਕੋਈ ਪ੍ਰੋਬਲਮ ਆਇਆ ਕੋਈ ਚੀਜ਼ ਕੋਈ ਇਸ਼ੂ ਬਣਿਆ ਹਾਂਜੀ ਅਸੀਂ ਉਹਨਾਂ ਨੂੰ ਫੋਨ ਕਰਨਾ ਦੇਖੋ ਕਾਬਲੀਅਤ ਹਾਂਜੀ ਇਹ ਮੈਂ ਹੁਣ ਪੱਪੂ ਬਾਈ ਦੀ ਗੱਲ ਕਰ ਰਿਹਾ ਉਡਾਣ ਦੀ ਅਸੀਂ ਖਾਨ ਸਾਹਿਬ ਨੂੰ ਜ਼ਿਆਦਾ ਡਿਸਟਰਬ ਨਹੀਂ ਕਰਦੇ ਸੀਗੇ ਪੁਜਾ ਕੇ ਕੋਈ ਜ਼ਿਆਦਾ ਅਸੀਂ ਪਰੇਸ਼ਾਨੀ ਚ ਹੋਈ ਸਹੀ ਮੈਂ ਬਹੁਤ ਜ਼ਿਆਦਾ ਵੇਖਿਆ ਕਿ ਲੋਕ ਨਾ 80% ਹੁੰਦਾ ਤੁੱਕਾ ਜੀ ਜੀ ਪੋਰਟ ਰੋਕ ਗਿਆ ਯਾਰ ਇਹ ਕਰੋ ਹਾਂਜੀ ਅੱਛਾ ਉੱਥੇ ਮੈਂ ਕੀਤਾ ਸੀ ਉੱਥੇ ਠੀਕ ਹੋ ਗਏ ਸੀ ਇਹ ਕਰਕੇ ਵੇਖ ਲਓ ਦੂਜਾ ਦੋਸਤ ਇਹ ਕਰਕੇ ਵੇਖ ਲਓ ਉਹ ਕਹੇਗਾ ਇਹ ਕਰਕੇ ਵੇਖ ਲਓ ਇਲਮ ਇਲਮ ਹੈ ਜਾਂ ਹੈ ਜਾਂ ਨਹੀਂ ਹੈ ਬਿਲਕੁਲ ਸਹੀ ਬਿਲਕੁਲ ਸਹੀ ਇਲਮ ਹੈ ਜਿਹਦੇ ਕੋਲ ਹੈ ਹੈ ਨਹੀਂ ਹੈ ਨਹੀਂ ਨਹੀਂ ਹੈ ਇਹਦੇ ਵਿੱਚ ਕੋਈ ਤੁੱਕਾ ਤੁੱਕੇ ਨਹੀਂ ਹੈ ਤੁੱਕੇ ਦੀ ਜਗ੍ਹਾ ਨਹੀਂ ਹੈ ਅਸੀਂ ਪੱਪੂ ਭਾਈ ਨੂੰ ਜ਼ਿੰਦਗੀ 'ਚ ਮੈਂ ਤੁਹਾਨੂੰ ਦੱਸਾਂ ਇਸ ਟਾਈਮ ਔਨ 에ਅਰ ਅਸੀਂ ਗੱਲ ਕਰੇ ਮੈਂ ਜ਼ਿੰਦਗੀ ਜਦੋਂ ਵੀ ਉਹਨਾਂ ਨੂੰ ਫੋਨ ਕੀਤਾ ਨਾ ਪੱਪੂ ਭਾਈ ਇਹ ਮਸਲਾ ਹੋਇਆ ਹਾਂਜੀ ਉਹਨਾਂ ਨੇ ਕਹਿਣਾ ਫੌਰਨ ਬੱਚੇ ਇਸ ਕੋ ਯੇ ਦੇ ਦੋ ਸਹੀ ਪੱਪੂ ਭਾਈ ਇਹ ਮਰਨੇ ਵਾਲਾ ਇਸ ਕੋ ਫਿਰ ਇੱਕ ਡੱਕ ਪੇ ਉਡਾ ਲੈ ਅੱਗੋਂ ਉਹਨਾਂ ਨੇ ਡਾਂਟ ਦੇਣਾ ਨਹੀਂ ਇਸ ਕੋ ਬੰਦ ਕਰ ਲਓ ਸ਼ੋ ਕੇਸ ਮੇ ਰੱਖ ਲਓ ਠੀਕ ਉੱਡ ਜਾਏਗਾ ਜਿਹੜੀ ਚੀਜ਼ ਪੁੱਛੀ ਨਾ ਇਹ ਮਸਲਾ ਐਕੋਰੇਸੀ ਬੱਚੇ ਇਸ ਕੋ ਯੇ ਦੇ ਦੋ ਉਹ ਚੀਜ਼ ਇਤਨੀ ਲੋ ਵੋ ਇਤਨੀ ਲੋ ਯੇ ਬਣਾਓ ਯੇ ਦੇ ਦੋ ਕਿਆ ਬਾਤ ਇਹ ਅਸੀਂ ਇਲਮ ਵੇਖਿਆ ਅੱਜ ਤੱਕ ਮੈਨੂੰ ਸਵਾਲ ਯਾਦ ਨਹੀਂ ਹੈ ਉਡਾਣ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ ਕਿ ਕੋਈ ਮਸਲਾ ਬਣਿਆ ਫਸ ਜਾਂਦਾ ਨਾ ਬੰਦਾ ਜੀ ਜੀ ਮੈਂ ਕਿਹਾ ਹੋਵੇ ਕਿ ਪੱਪੂ ਭਾਈ ਇਹ ਇਸ ਕਾ ਕਿਆ ਕਰੂੰ ਤੇ ਉਹਨਾਂ ਨੇ ਮੈਨੂੰ ਕਿਹਾ ਹੋਵੇ ਮੈਂ ਤੈਨੂੰ ਸੋਚ ਕੇ ਦੱਸਦਾ ਮੈਨੂੰ ਯਾਦ ਨਹੀਂ ਹੈ ਜਿਹੜੀ ਗੱਲ ਕੀਤੀ ਉਹਦਾ ਫੌਰੀ ਜਵਾਬ ਉਹਨਾਂ ਨੇ ਕਿਹਾ ਬੱਚੇ ਇਸ ਕੋ ਯੇ ਕਰ ਦੋ ਇੱਕ ਸਕਿੰਟ ਦੇ ਵਿੱਚ ਕਿਆ ਬਾਤ ਹੈ ਬੜੀ ਜ਼ਬਰਦਸਤ ਮੈਂ ਕਹਿੰਦਾ ਮੈਂ ਦੋਸਤਾਂ ਨਾਲ ਪਹਿਲੇ ਵੀ ਸ਼ੇਅਰ ਕੀਤਾ ਬੜੀ ਅਸੀਂ ਵੀ ਫੋਨ ਬੰਦ ਕਰਕੇ ਮੈਂ ਸੋਚਦਾ ਸੀ ਕਿ ਦੇਖੋ ਇਲਮ ਹੈ ਨਾ ਤੇ ਫਿਰ ਹੈ ਅਕਸਰ ਦੋਸਤ ਬੈਠੇ ਹੁੰਦੇ ਨੇ ਕੋਈ ਉਹ ਗਰਮੀ ਪੈਂਦੀ ਨੇ ਇੱਥੇ ਕਬੂਤਰ ਮਰਦੇ ਵੀ ਬਹੁਤ ਨੇ ਖਰਾਬ ਵੀ ਹੁੰਦੇ ਨੇ ਉਹ ਫਿਰ ਕੋਈ ਕਹਿ ਰਿਹਾ ਹੁੰਦਾ ਯਾਰ ਇਹ ਕਰਕੇ ਵੇਖ ਲਓ ਕੋਈ ਕਹਿੰਦਾ ਇਹ ਕਰਕੇ ਵੇਖ ਲਓ ਬਿਲਕੁਲ ਟੋਣੇ ਲਗਾਉਂਦੇ ਨੇ ਟੋਣੇ ਲਗਾਉਂਦੇ ਇਲਮ ਇਲਮ ਜਿਹਦੇ ਕੋਲ ਹੈ ਪੂਰਾ ਹੈ ਨਹੀਂ ਇਹ ਤੁਹਾਡੀ ਉਸਮਾਨ ਬਾਈ ਗੱਲ ਤੁਹਾਡੀ ਬਿਲਕੁਲ ਠੀਕ ਹੈ ਮੈਂ ਤੁਹਾਡੀ ਗੱਲ ਅਸੀਂ ਬਿਲਕੁਲ ਤਾਇਦ ਕਰਦਾ ਸੀ ਲੇਕਿਨ ਮੈਂ ਜਿਹੜੀ ਗੱਲ ਇੱਕ ਹੋਰ ਵੀ ਕੀਤੀ ਸੀ ਨਾ ਆਹ ਤਾਂ ਤੁਸੀਂ ਇਜ਼ਾਫੀ ਗੱਲ ਕੀਤੀ ਮੈਨੂੰ ਬੜਾ ਮਜ਼ਾ ਆਇਆ ਮਤਲਬ ਇੱਦਾਂ ਹੀ ਹੋਣਾ ਚਾਹੀਦਾ ਲੇਕਿਨ ਉਹ 'ਚ ਤੁਸੀਂ ਦੇਖੋ ਨਾ ਕਿ ਜਦੋਂ ਉਹ ਸਟਾਰਟ ਸੀ ਉਹ ਵਕਤ ਜੀ ਉਦੋਂ ਲੋਕਾਂ ਦੇ ਕਬੂਤਰ ਬਹੁਤ ਕੰਮ ਉੱਡਦੇ ਸੀਗੇ ਹੁਣ ਤੇਜ਼ੀ ਵੀ ਬਹੁਤ ਜ਼ਿਆਦਾ ਆ ਗਈ ਹੁਣ ਸਿੱਖਣ ਦਾ ਜ਼ਿਆਦਾ ਮੌਕਾ ਮਿਲਿਆ ਮੈਂ ਦੇਖੋ ਮੇਰਾ ਨੁਕਤਾ ਨਜ਼ਰ ਆਇਆ ਇੱਕ ਚੀਜ਼ ਦਾ ਹੁਣ ਲੋਕਾਂ ਨੂੰ ਜ਼ਿਆਦਾ ਇਲਮ ਹੋਇਆ ਹੁਣ ਲੋਕ ਜ਼ਿਆਦਾ ਫਾਸਟ ਹੋ ਗਏ ਉਹਦੇ ਵਿੱਚ ਦੇਖੋ ਲੋਕਾਂ ਦੇ ਕਬੂਤਰ ਰਾਤ 9-9 ਵਜੇ ਤੱਕ ਵੀ ਉੱਡਦੇ ਆ 8-8 ਵਜੇ ਤੱਕ ਵੀ ਉੱਡਦੇ ਆ ਸ਼ਾਮਾਂ ਨੂੰ ਅਕਸਰ ਉੱਡਦੇ ਆ ਕਬੂਤਰ ਉਦੋਂ ਇਹਨੇ ਅੱਛਾ ਸਰ ਮੈਂ ਕਰਾਂਗਾ ਆਪਣੀ ਗੱਲ ਹਾਂਜੀ ਅਸੀਂ ਪ੍ਰੈਕਟੀਕਲੀ ਉਡਾਣ ਲੱਗੇ ਆ ਜਾਂ ਪ੍ਰੋਫੈਸ਼ਨਲੀ ਕਹਿ ਲਓ ਵੀ ਟੂਰਨਾਮੈਂਟਾਂ ਦੇ ਵਿੱਚ 2016 ਤੋਂ ਜੀ ਠੀਕ ਹੋ ਗਿਆ ਰੱਖੇ ਤੇ ਅਸੀਂ 30 ਸਾਲਾਂ ਤੋਂ ਹੋਏ ਨੇ ਨਾ ਹਾਂਜੀ ਹਾਂਜੀ ਤੇ ਅਸੀਂ ਉਦੋਂ ਵੀ ਉਡਾਉਂਦੇ ਸੀਗੇ ਆਪਣੀ ਹੱਦ ਤੱਕ ਹਾਂਜੀ ਹਾਂਜੀ ਤੇ ਸਾਨੂੰ ਉਡਾਉਣਾ ਨਹੀਂ ਆਉਂਦਾ ਸੀ ਹਾਂਜੀ
ਇੱਥੇ ਮੁਲਤਾਨ ਦੀ ਗਰਮੀ ਦੇ ਵਿੱਚ ਮੈਂ ਤੁਹਾਨੂੰ ਹੁਣੇ ਉਹ ਸ਼ੇਰ ਦਿਲ ਜੋੜੇ ਦਾ ਜ਼ਿਕਰ ਦੱਸਿਆ, ਕਜ਼ਾਬ ਵਾਲਿਆਂ ਦਾ ਦੱਸਿਆ, ਹਾਂਜੀ ਉਹ ਲਗਾਇਆ ਸੀ ਬਿਲਕੁਲ, ਉਹ ਇੱਥੇ ਸ਼ਾਮਾਂ ਤੱਕ ਉਸ ਟਾਈਮ ਵੀ ਬੈਠੇ ਨੇ, ਮੁਸਲਸਲ ਬੈਠੇ ਨੇ, ਬਹਿੰਦੇ ਰਹਿ ਗਏ ਨੇ ਜੀ ਜੀ, ਉਸ ਟਾਈਮ ਸਾਨੂੰ ਸਾਹਮਣਾ ਨਹੀਂ ਆਉਂਦਾ ਸੀ, ਖੁਰਾਕ ਨੀ ਬਣਾਉਣੀ ਆਉਂਦੀ ਸੀ, ਓਹਦੇ ਵਿਚ ਅਸੀਂ ਬੜੇ ਕਬੂਤਰ ਵੇਖੇ ਨੇ ਖੜੇ ਖੜੇ ਰਹਿ ਜਾਂਦੇ ਸਨ, ਹੁਣ ਲੋਕ ਬੜੀ ਮੇਹਨਤ ਕਰਦੇ ਨੇ, ਬਹੁਤ ਜ਼ਿਆਦਾ, ਓਹਦੇ ਵਿਚ ਹੁਣ ਮੁਖਤਲਿਫ ਕਿਸਮ ਦੀ ਆਊਟਪੁੱਟਸ ਵੀ ਲੈ ਰਹੇ ਨੇ ਨਾ, ਹਾਂਜੀ ਉਸ ਟਾਈਮ ਉਦੋਂ ਇਹ ਨਹੀਂ ਸੀ, ਉਦੋਂ ਇਹ ਚੀਜ਼ਾਂ ਨਹੀਂ ਸੀ ਹੈਗੀਆਂ, ਹਾਂ ਤੁਹਾਡੇ ਕੋਲ ਬੂਸਟਰ ਨਹੀਂ ਸੀ ਹੈ, ਤੁਹਾਡੇ ਕੋਲ ਕਈ ਚੀਜ਼ਾਂ ਦੱਸੀਆਂ ਹੈਗੀਆਂ, ਠੀਕ ਹੈ ਨਾ, ਇਹ ਕਾਲੇ ਗੋਲੀਆਂ ਨਹੀਂ ਹੈਗੀਆਂ, ਚਿੱਟੀਆਂ ਗੋਲੀਆਂ ਨਹੀਂ ਹੈਗੀਆਂ, ਅੱਛਾ ਸਾਡਾ ਉਹੀ ਚੱਲ ਰਿਹਾ ਦੇਸੀ ਜੀ ਖਾਨ ਸਾਹਿਬ ਵਾਲਾ ਜੀ, ਬਿਲਕੁਲ ਉਹੀ ਹੈ, ਮੈਂ ਤੁਹਾਨੂੰ ਦੱਸਾਂ ਠੀਕ, ਬਿਲਕੁਲ ਉਹੀ ਹੈ, ਕੀ ਬਾਤ, ਇਹ ਜ਼ਰੂਰ ਹੈ ਅਸੀਂ ਆਪਣੇ ਸ਼ਹਿਰ ਦੇ ਹਿਸਾਬ ਨਾਲ ਉਹਨਾਂ ਦੀ ਰੇਸ਼ੋ ਵਗੈਰਾ ਚੀਜ਼ਾਂ ਸੈੱਟ ਕਰ ਲਈਆਂ ਨੇ। ਅੱਛਾ ਉਹ ਚ ਉਸਮਾਨ ਭਾਈ, ਇਹ ਇਹਦੇ ਵਿੱਚ ਇੱਕ ਚੀਜ਼ ਜਿਹੜੀ ਨਾ ਉਹ ਗੱਲ ਐਕੂਰੇਟ ਹੈ ਕਿ ਜਿਹੜਾ ਸ਼ਹਿਰ ਹੋਵੇ ਤੁਹਾਡਾ, ਤੁਹਾਡੇ ਬਰਡ ਜਿੱਥੇ ਮਰਜ਼ੀ ਰਹਿੰਦੇ ਹੋਣ, ਲਾਹੌਰੋਂ ਤੁਹਾਡੇ ਬਰਡ ਆਏ ਨੇ ਨਾ ਫਰਜ਼ ਕੀਤਾ, ਜਿਹੜਾ ਸ਼ਹਿਰ ਆ ਜੇ ਤੁਸੀਂ ਉਹਦੇ ਮਜ਼ਾਜ ਦੇ ਮੁਤਾਬਕ ਆਪਣੇ ਬਰਡ ਤਿਆਰ ਨਹੀਂ ਨਾ ਕਰਦੇ ਤੇ ਤੁਹਾਨੂੰ ਨਹੀਂ ਰਿਜ਼ਲਟ ਨਹੀਂ ਮਿਲੇਗਾ, ਠੀਕ ਹੈ ਨਾ ਜੀ, ਉਹ ਸਿੰਧ ਡਾਲੋ ਭਾਵੇਂ ਤੁਸੀਂ ਲਾਹੌਰ ਡਾਲੋ ਭਾਵੇਂ ਪਿਸ਼ੌਰ ਡਾਲੋ ਜਾ ਕੇ, ਠੀਕ ਹੈ ਨਾ ਜੀ, ਇਹ ਠੀਕ ਹੈ ਨਾ ਜੀ, ਉਹਦੇ ਵਿੱਚ ਤੁਸੀਂ ਆਪਣੇ ਮੁਕਾਮੀ ਜੇ ਬਰਡ ਨਾਲ ਸ਼ਾਮਿਲ ਕਰਦੇ ਹੋ ਤਾਂ ਫਿਰ ਤੁਹਾਨੂੰ ਜ਼ਿਆਦਾ ਮਜ਼ਾ ਆਏਗਾ ਉਹਨਾਂ ਵਿੱਚ ਨਾਲ, ਹੈ ਨਾ ਜੀ। ਲਓ ਜੀ ਇਹ ਗੱਲਾਂ ਦੇ ਨਾਲ ਨਾਲ ਫਿਰ ਹੁਣ ਸਾਨੂੰ ਸ਼ੇਰ ਦਿਲ ਕਿਹੜਾ ਦਿਖਾ ਰਹੇ, ਮੈਂ ਤਾਂ ਆਪ ਪਿੱਛੇ ਲੈਣਾ ਸੀ ਨਾਲ ਨਾਲ ਉਹ ਸ਼ੇਰ ਦਿਲ ਨਜ਼ਰ ਵੀ ਆਉਣ ਪਿੱਛੋਂ ਜੀ। ਲਓ ਜੀ ਦੋਸਤੋ, ਮੇਰਾ ਖਿਆਲ ਆ ਕਿ ਉਸਮਾਨ ਬਾਈ ਸਾਨੂੰ ਮੇਰਾ ਖਿਆਲ ਉਹ ਬਰਡ ਦਿਖਾਉਣਗੇ ਜਿਹੜਾ ਕਰੀਬ ਤਰੀਨ ਹੋਏਗਾ, ਔਰ ਜਿਹੜਾ ਬਰਡ ਇਹਨਾਂ ਨੇ ਮੈਨੂੰ ਦਿਖਾਉਣ ਲੱਗੇ ਨਾ, ਇੱਦਾਂ ਦਾ ਹੀ ਬਰਡ ਮੈਂ ਜਦੋਂ ਖਾਨ ਸਾਹਿਬ ਕੋਲ ਬੈਠਾ ਸੀ ਨਾ ਉਹਨਾਂ ਨੇ ਮੈਨੂੰ ਦਿਖਾਇਆ ਸੀ, ਪਹਿਲਾ ਕਬੂਤਰ ਸਮਝੋ ਲੈ ਕੇ ਆਏ ਸੀਗੇ ਨਾ 98 ਦੀ ਗੱਲ ਹੈ ਖਾਨ ਸਾਹਿਬ ਕੋਲੋਂ ਜੀ, ਉਹ ਤਕਰੀਬਨ ਇਸ ਸ਼ਕਲ ਦਾ, ਮੈਨੂੰ ਇੱਦਾਂ ਦਾ ਹੀ ਕਬੂਤਰ ਦਿਖਾਇਆ ਸੀ ਖਾਨ ਸਾਹਿਬ ਨੇ ਜਦੋਂ ਮੈਂ ਗਿਆ ਸੀ ਨਾ, ਠੀਕ ਹੋ ਗਿਆ ਜੀ। ਲਓ ਜੀ ਅਸਲ ਜੇਦੀ ਭਾਈ ਪਤਾ ਕੀ ਗੱਲ ਹੈ, ਇਹ ਤੇ ਇੱਕ ਦਿਲਚਸਪੀ ਇਹਨਾਂ ਲੋਕ ਸ਼ੋਅ ਕਰ ਲੈਂਦੇ ਨੇ, ਦੇਖੋ ਗੱਲ ਹੈ ਕਿ ਇਹ ਅੱਖਾਂ ਚੀਜ਼ਾਂ ਇਹ ਸਾਰਾ ਕੁਝ ਦੇਖੋ ਹਰ ਜਗ੍ਹਾ ਮਿਲ ਜਾਂਦਾ, ਹਾਂਜੀ ਕਬੂਤਰ ਦਾ ਪਤਾ ਲੱਗਦਾ ਫੜਨ ਨਾਲ, ਮੇਰੇ ਹੱਥ ਚ ਮੈਨੂੰ ਦੱਸ ਰਿਹਾ ਥੱਲੋਂ ਕਿਵੇਂ ਹੈ, ਹਾਂਜੀ ਇਹਦਾ ਜਿਸਮ ਕਿਸ ਤਰ੍ਹਾਂ ਹੈ, ਇਹ ਤੇ ਇੱਕ ਚਲੋ ਦੋਸਤਾਂ ਦਾ ਇੱਕ ਤਫਰੀਹ ਹੈ ਨਾ, ਸਾਡਾ ਇੱਕ ਟਾਈਮ ਪਾਸ ਹੈ, ਸਾਨੂੰ ਇਹ ਲੱਤ ਜੋ ਹੈ ਸਾਰੇ ਉਸਮਾਨ ਬਾਈ ਜਿਹੜਾ ਨਾ, ਇਹ ਦੇਖੋ ਸਟਰਕਚਰ ਜਿਹੜਾ ਸੀ ਦਿਖਾਣਾ ਇੱਕ ਮਿੰਟ, ਇਹ ਚੌੜਾ ਹੀ ਸੀਗਾ ਮੈਂ ਜਦੋਂ ਦੇਖਿਆ ਨਾ, ਇਹ ਮੇਰਾ ਦਿਲ ਕਰ ਰਿਹਾ ਤੁਸੀਂ ਮੈਨੂੰ ਕੈਮਰਾ ਦੇ ਕੇ ਇਹਨੂੰ ਆਪ ਹੱਥ ਚ ਫੜੋ, ਮੈਂ ਦੇਖਦਾ ਇੱਕ ਮਿੰਟ ਦਿਖਾਓ, ਇਹ ਸ਼ੌਕ ਕਰੋ ਹੁਣ, ਹੁਣ ਵੇਖੋ ਨਾ ਸਾਰੇ ਨੂੰ, ਇਹ ਤੁਹਾਡੇ ਹੱਥ ਚ ਆਇਆ, ਹੱਡੀ ਵੇਖੋ, ਪਰ ਵੇਖੋ ਦੋਸਤੋ, ਜਿਹੜਾ ਬਰਡ ਮੈਂ ਇਸ ਟਾਈਮ ਦੇਖਦਾ ਪਿਆ ਨਾ, ਮੈਨੂੰ ਹੁਣ ਵਾਕਈ ਫਰਕ ਹੈ ਕਿ ਕਿੰਨਾ ਸਖਤ ਹੈ ਇਹਦੀ ਜਿਹੜੀ ਇਹਦੀ ਬੋਡੀ ਦਾ ਪੱਠੇ ਹੈ ਕਿ ਜਿੱਦਾਂ ਨਾ ਇਹ ਪਹਿਲਵਾਨ ਹੁੰਦਾ, ਹਾਂ ਸਖਤ ਜਾਨ ਹੈ ਬਿਲਕੁਲ, ਬਰੂਸ ਹੀ ਲੱਗਦਾ ਮੈਨੂੰ, ਤੇ ਉਹ ਤੋਂ ਪਰ ਰੇਸ਼ਮ ਨੇ ਸਾਰੇ, ਰੇਸ਼ਮ ਨੇ ਸਾਰਾ ਮਲੈਮ ਰੇਸ਼ਮ, ਔਰ ਚੌੜੀ ਜਿਹੜੀ ਛਾਤੀ ਦੇਖੋ ਤੁਸੀਂ ਇਹਦੀ, ਔਰ ਪਰ ਤੇ ਫਿਰ ਜਿਹੜੇ ਇਹ ਮੇਰੇ ਪਸੰਦੀਦਾ ਪਾਰੇ, ਇਹ ਜਦੋਂ ਵੀ ਮੈਂ ਦੇਖੇ ਨਾ ਆਪਾਂ ਜਿਹੜੇ, ਮੈਨੂੰ ਮਜ਼ਾ ਆਇਆ ਜੀ, ਔਰ ਇਹਨਾਂ ਨੇ ਕਦੀ ਮਾਯੂਸ ਨਹੀਂ ਕੀਤਾ ਨਾ, ਪਤਾ ਬਿਲਕੁਲ ਇਸੇ ਤਰ੍ਹਾਂ, ਇਹ ਪਰ ਜਿਹੜੇ ਬਿਲਕੁਲ, ਇਹ ਥੋੜਾ ਜਿਹਾ ਲੇਟ ਜ਼ਰੂਰ ਹੋਣਗੇ ਥੋੜਾ ਜਿਹਾ, ਲੇਕਿਨ ਇਹਨਾਂ ਲੇਟ ਵੀ ਥੋੜਾ ਜਿਹਾ ਲੇਟ ਹੋਣਗੇ, ਲੇਕਿਨ ਤੁਹਾਨੂੰ ਮਾਯੂਸ ਨਹੀਂ ਕਰਨਗੇ, ਇਹਨਾਂ ਦੀ ਸ਼ਾਮ ਨੂੰ ਉਮੀਦ ਹੋਏ। ਅੱਛਾ ਇਹਨਾਂ ਸਾਡੇ ਕਈ ਦੋਸਤਾਂ ਨੇ ਸਵਾਲ ਕੀਤਾ ਹੈ, ਉਹ ਇੱਕ ਜ਼ਹਿਨ ਵਿੱਚ ਆਉਂਦਾ ਨਾ ਦੇਸੀ ਕਬੂਤਰ ਔਰ ਵਲੈਤੀ ਵੀ ਦੇਸੀ ਦੇਰ ਨਾਲ ਉੱਡਦੇ ਨੇ, ਸਹੀ ਹੈ, ਇਹ ਇਹ ਬੱਚੇ ਖੜੇ ਨੇ, ਇਹ ਟ੍ਰੇਨਿੰਗ ਦੇਣੇ ਨੇ ਇਹਨਾਂ ਨੂੰ, ਤੁਸੀਂ ਪੁੱਛਣਾ ਇਹ ਇਹ ਵਲੈਤੀਆਂ ਤੋਂ ਵੀ ਜ਼ਿਆਦਾ ਫਾਸਟ ਨੇ, ਕੀ ਰਾਜ ਹੈ ਸਾਨੂੰ ਨਹੀਂ ਪਤਾ ਇਸ ਬਲੱਡ ਦੇ, ਅਕਸਰ ਦੋਸਤ ਇਹਦਾ ਇਹ ਵੀ ਦਿਖਾਓ ਇਹਦੇ ਪੈਰ ਜੁੜੇ ਹੋਏ ਨੇ, ਕਿਆ ਇਹਨਾਂ ਦੇ ਵਿੱਚੋਂ ਇਹ ਵੀ ਨਿਕਲਦੇ ਆ, ਹਾਂ ਇੱਕ ਅੱਧੀ ਕੋਈ ਇੱਕ ਅੱਧਾ, ਠੀਕ ਇਹ ਤੁਸੀਂ ਇੱਥੇ ਚਲਾਓਗੇ ਨਾ ਫਿਰ ਇੱਥੇ ਰੋਸ਼ਨੀ ਜ਼ਿਆਦਾ ਪੈਗੀ, ਇਹ ਇੱਦਾਂ ਹਾਂਜੀ ਇਹ ਹੈ ਨਾ ਸਰ, ਹਾਂਜੀ ਹਾਂ ਬਿਲਕੁਲ, ਹਾਂ ਇੱਕ ਅੱਧੀ ਕੋਈ ਨਿਕਲ ਆਉਂਦਾ। ਅੱਛਾ ਇਹ ਵੈਸੇ ਇੱਥੇ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ, ਇੱਥੇ ਇਹਦੇ ਵਿੱਚ ਨਾ ਲਾਜ਼ਮੀ ਜਿਹੜੀ ਗੱਲ ਹੁੰਦੀ, ਇਹਨੂੰ ਛੱਡੇ ਦਾ ਕਿ ਮੈਂ ਨਾਲ ਥੋੜ੍ਹਾ ਦਿਖਾਵਾਂ ਇੱਧਰ ਦੇਖ ਕੇ,
ਅੱਛਾ ਉਸਮਾਨ ਭਾਈ ਇਹਦੇ ਵਿੱਚ ਜਿਹੜੀ ਨਾ ਖਾਸ ਬਾਤ ਜਿਹੜੀ ਸੀ ਜਿਹੜੇ ਸੀ ਸ਼ੇਰ ਨਵਾਬ ਦੇ ਜਿਹੜੇ ਕਬੂਤਰੇ ਸੀ ਉਹਨਾਂ ਦੇ ਪੈਰ ਜਿਹੜੇ ਜੁੜੇ ਹੁੰਦੇ ਸੀਗੇ ਇਹਨਾਂ ਨੂੰ ਕਹਿੰਦੇ ਸੀਗੇ ਆਪਣਾ ਬੱਤਖ ਪਿਆਰੇ ਵੀ ਕਹਿੰਦੇ ਸੀ ਇਹਨਾਂ ਨੂੰ ਠੀਕ ਹੈ ਨਾ ਜੀ ਉਹ ਜਿੱਦਾਂ ਵਿੱਚ ਨਾ ਜਾਲੀ ਉਹਨਾਂ ਦੀ ਬਣ ਜਾਂਦੀ ਸੀ ਜਿਹੜੀ ਸਾਡੀ ਅੱਛਾ ਸੁਮਨ ਭਾਈ ਵਾਕਈ ਤੁਹਾਡੀ ਗੱਲ ਠੀਕ ਹੈ ਜਦੋਂ ਬੰਦਾ ਜਾਨਵਰ ਹੱਥ 'ਚ ਫੜਦਾ ਹੈ ਨਾ ਫਿਰ ਅੰਦਾਜ਼ਾ ਹੁੰਦਾ ਉਹਦੀ ਸਾਰੀਆਂ ਚੀਜ਼ਾਂ ਜਿੰਝ ਕਰ ਤੁਸੀਂ ਦੇਖ ਨੀ ਲੈਂਦੇ ਤੁਹਾਨੂੰ ਅੰਦਾਜ਼ਾ ਹੋ ਹੀ ਨੀ ਸਕਦਾ ਅੱਖ ਦੇ ਵਿੱਚ ਕੀ ਹੈ ਇਹਦੇ ਪਰਾਂ ਦੇ ਵਿੱਚ ਕੀ ਹੈ ਇਹਦੀ ਫੱਟੀ ਕੀ ਹੈ ਇਹਦਾ ਜੋ ਵੀ ਇਹਦੀ ਜਿਹੜੀ ਹੱਡੀ ਕੀ ਹੈ ਇਹਦੇ ਜੋੜ ਕੈਸੇ ਇਹਦੇ ਇਹ ਫੜਨ ਤੋਂ ਬਾਅਦ ਪਾ ਰਹੇ ਹਾਂ ਜੋੜ ਅਸੀਂ ਆਪਣੇ ਕੈਮਰੇ 'ਚ ਨਹੀਂ ਦਿਖਾ ਸਕਦੇ ਸੱਤ ਅੱਠ ਸਾਲ ਦਾ ਬਰਡ ਐਂ ਲੱਗਦਾ ਪਿਆ ਜਿਵੇਂ ਇਹ ਜਿਹੜਾ ਨਾ ਪਹਿਲਾ ਧਾਕਾ ਲਿਆ ਸੀ ਜਾਂ ਦੂਸਰਾ ਧਾਕਾ ਲਿਆ ਹੋਇਆ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਮੈਂ ਆਪਣੇ ਦੋਸਤਾਂ ਨੂੰ ਖੜਾ ਤੇ ਹੁਣ ਜਿਹੜਾ ਨਾ ਇੱਕ ਫਾਰਮੈਲਿਟੀ ਰਹਿ ਗਈ ਬਸ ਕਰ ਲਈ ਜੀ ਹਾਂਜੀ ਠੀਕ ਅਸਲ 'ਚ ਇਹਦੇ ਪੜ ਦਿਖਾਉਣ ਵਾਲੇ ਆ ਜੀ ਅੱਛਾ ਸੁਮਾਨ ਭਾਈ ਜੇ ਮਤਲਬ ਮੈਂ ਇਹ ਗੱਲ ਕਹਿਣ ਲੱਗਾ ਇਹ ਪੱਠਾ ਜਿਹੜਾ ਸੀ ਨਾ ਇਹ ਵਾਲਾ ਜਿਹੜਾ ਕਬੂਤਰ ਇਹ ਉਸ ਤੋਂ ਵੀ ਜ਼ਿਆਦਾ ਸਟਰੋਂਗ ਆ ਉਹ ਜਿਹੜਾ ਪਹਿਲੇ ਵਾਲਾ ਮੈਂ ਦੇਖਿਆ ਨਾ ਕੀ ਖਿਆਲ ਆ ਦੇਖੋ ਰਿਜ਼ਲਟ ਦੀ ਗੱਲ ਕਰਦੇ ਆ ਨਾ ਇਹ ਦੋਵਾਂ ਨੇ ਬਹੁਤ ਲੰਬੇ ਬੱਚੇ ਉਡਾਏ ਨੇ ਵਾਪਸੀਆਂ ਬਹੁਤ ਨੇ ਸਹੀ ਹੈ ਹਾਂਜੀ ਠੀਕ ਹੋ ਗਿਆ ਹਾਂ ਇਹਦਾ ਹੁਣ ਤੁਹਾਨੂੰ ਪਿਓ ਵੀ ਵਿਖਾਉਣਾ ਨਹੀਂ ਜਿਹੜੀ ਮੈਂ ਗੱਲ ਕੀਤੀ ਆ ਕਿਹਾ ਇਹ ਵਾਕਈ ਇਹ ਉਹਨਾਂ ਨਾਲੋਂ ਐਕਸਟਰਾ ਸੀ ਥੋੜ੍ਹਾ ਕੋਈ ਖੂਬੀਅਤ ਜ਼ਿਆਦਾ ਹੋਵੇ ਉਹਨਾਂ ਨੂੰ ਦੇਖੋ ਜੀ ਇਹਨਾਂ ਦੇ ਬੱਚੇ ਇਹ ਜ਼ਰੂਰ ਹੈ ਕਿ ਇਹਦੇ ਬੱਚੇ ਅੱਧਾ ਘੰਟਾ ਘੰਟਾ ਜ਼ਿਆਦਾ ਉੱਡਦੇ ਨੇ ਉਹਦੇ ਕੋਲ ਹਾਂਜੀ ਉਹਦੀ ਵਜ੍ਹਾ ਵੀ ਦਿਖਾਓ ਹੁਣ ਹਾਂ ਆ ਵਜ੍ਹਾ ਦਿਖਾਓ ਤੇ ਤੁਸੀਂ ਦਿਖਾਓ ਨਹੀਂ ਤੁਸੀਂ ਦਿਖਾਓ ਨਾ ਮੇਰੇ ਕੈਮਰੇ 'ਚ ਦਿਖਾਓ ਨਾ ਹਾਂ ਆ ਤੁਸੀਂ ਦੇਖੋ ਜੀ ਲਓ ਦੋਸਤੋ ਮੈਂ ਤਾਂ ਪਸੰਦ ਕੀਤਾ ਸੀ ਕਿ ਇਹਦਾ ਨਵਾਂ ਪਾਰ ਵੀ ਦਸਵੇਂ ਤੋਂ ਵੱਡਾ ਹੈ ਨਾ ਜਿਹੜਾ ਅੱਠਵਾਂ ਪਾਰ ਜਿਹੜਾ ਨਾ ਇਹ ਨੌਵੇਂ ਤੋਂ ਵੀ ਵੱਡਾ ਅਤੇ ਦਸਵੇਂ ਤੋਂ ਵੀ ਵੱਡਾ ਇਹ ਐਕਸਟਰਾ ਦੇਖੋ ਇਹ ਚੀਜ਼ਾਂ ਪਹਿਲਾਂ ਉਸਤਾਦ ਇੱਦਾਂ ਬਿਆਨ ਨਹੀਂ ਸੀ ਕਰਦੇ ਤਾਰੀਫ ਜਿਹੜੀ ਨਹੀਂ ਸੀ ਹੁੰਦੀ ਹੁਣ ਤਾਰੀਫ ਦਾ ਇੱਕ ਬਿਆਨ ਦਾ ਤਰੀਕਾ ਮਿਲਿਆ ਸਾਨੂੰ ਜਿਹੜਾ ਪਹਿਲਾਂ ਨਹੀਂ ਸੀ ਹੈ ਜਿੰਨੀ ਦੇਰ ਤੱਕ ਅਸੀਂ ਉਹ ਬਿਆਨ ਦਾ ਤਰੀਕਾ ਨਹੀਂ ਸਿੱਖਣਾ ਠੀਕ ਹੈ ਨਾ ਜੀ ਉਹ ਸਾਨੂੰ ਉਸ ਤਰ੍ਹਾਂ ਕਿ ਅਸੀਂ ਜੇਦੀ ਭਾਈ ਬਲੱਡ ਲਾਈਨ ਬੜੀ ਅਹਿਮ ਚੀਜ਼ ਹੈ ਯਕੀਨਨ ਮੈਂ ਇਹ ਤੇ ਤੁਹਾਨੂੰ ਦੱਸਾਂ ਉਹਦੇ ਬਗੈਰ ਇਹ ਸਭ ਚੀਜ਼ਾਂ ਮੈਂ ਤੁਹਾਨੂੰ ਹੁਣੇ ਦਿਖਾ ਦਿਆਂਗਾ ਇਮਾਨਨ ਕੁਰਾਨਰ ਇਹ ਪਰਾਂ ਤੂੰ ਅਲੈਦਾ ਪਰਾਂ ਲੈ ਅਤੇ ਉਹਨਾਂ ਦੇ ਰਿਜ਼ਲਟ ਅਤੇ ਅੰਦਰੋਂ ਪਰਚੇ ਕੱਢ ਲਾਂਗਾ ਮੇਰੇ ਕੋਲ ਸਾਰੇ ਪਰਚੇ ਸੰਭਲੇ ਪਏ ਹੁੰਦੇ ਨੇ ਮੈਂ ਟੈਂਪਰੇਚਰ ਵੀ ਲਿਖਦਾ ਮੇਰੀ ਆਦਤ ਹੈ ਹਰ ਚੀਜ਼ ਬਲੱਡ ਲਾਈਨ ਤੋਂ ਬਗੈਰ ਕੁਝ ਨਹੀਂ ਹੈ ਨਹੀਂ ਉਹ ਤਾਂ ਠੀਕ ਹੈ ਦੇਖੋ ਨਾ ਤੁਸੀਂ ਹੁਣ ਆਪਣੀ ਗੱਲ ਕਰਕੇ ਹਟੇ ਹੋ ਹੁਣੇ ਥੋੜ੍ਹੀ ਦੇਰ ਪਹਿਲਾਂ ਕਿ ਉਹਦੇ ਨਾਲੋਂ ਮੈਂ ਕਿਹਾ ਹੈ ਉਹਨੂੰ ਜ਼ਿਆਦਾ ਅੱਛਾ ਤੁਸੀਂ ਬੱਚੇ ਯਾਦ ਉਹਦੀ ਵਜ੍ਹਾ ਸਿਰਫ ਇਹ ਸੀਗੀ ਉਹਦੀ ਵਜ੍ਹਾ ਮੇਰੇ ਖਿਆਲ ਦੇ ਮੁਤਾਬਕ ਦੇਖੋ ਇਹ ਨਿਗਾਹ ਨਿਗਾਹ ਦੀ ਗੱਲ ਮੇਰੀ ਗੱਲ ਸੁਣੋ ਮੈਂ ਇਹ ਸਮਝਦਾ ਕਿ ਇਹਦਾ ਜਿਸਮ ਜਿਹੜਾ ਨਾ ਥੱਲੋਂ ਜੀ ਠੀਕ ਹੈ ਨਾ ਮੈਂ ਇਹ ਸਮਝਦਾ ਹਾਂ ਨਹੀਂ 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 ਇਹ ਉਹਦੇ ਤੋਂ ਜ਼ਿਆਦਾ ਕੱਸਿਆ ਹੋਇਆ ਜ਼ਿਆਦਾ ਤਨਾ ਹੋਈ ਚ ਸਮਾਰਟਨੈਸ ਵਿੱਚ ਜ਼ਿਆਦਾ ਹੈ ਲੇਕਿਨ ਚਲੋ ਇਹ ਤਾਂ ਬਹਿਸ ਵਾਲੀ ਨਾ ਅਸੀਂ ਉਡਾਉਂਦੇ ਹਾਂ ਨਾ ਮੇਰੀ ਗੱਲ ਸੁਣੋ ਜਿਹਨਾਂ ਦੇ ਖੂਨ ਚੰਗੇ ਨੇ ਨਾ ਉੱਡਦੇ ਸਾਰੇ ਨੇ ਕੋਈ ਦੇਰ ਨਾਲ ਕੋਈ ਜਲਦੀ ਇਸੇ ਤਰ੍ਹਾਂ ਇਹ ਵਾਲੀ ਚੀਜ਼ ਜ਼ਰਾ ਦੋ ਦਿਨ ਪਹਿਲੇ ਉੱਡ ਜਾਂਦੀ ਹੈ ਉਹ ਦੋ ਦਿਨ ਬਾਅਦ ਉੱਡਦੀ ਹੈ ਐਸੇ ਕਬੂਤਰ ਨੇ ਲੇਟ ਚਾਲੂ ਹੋਏ ਨੇ ਤੇ ਫਿਰ ਪੂਰੇ ਮੁਲਤਾਨ ਨੂੰ ਜਿੱਤੇ ਨੇ ਤੇ ਦੋਸਤਾਂ ਨੇ ਮੁਬਾਰਕਬਾਦ ਦਿੱਤੀ ਕਿ ਅੱਜ ਦੇ ਮੌਸਮ ਵਿੱਚ ਆਏ ਨੇ ਇਸ ਟਾਈਮ ਪੂਰੇ ਸ਼ਹਿਰ ਵਿੱਚ ਨਹੀਂ ਬੈਠੇ ਚਾਰ ਚਾਰ ਘੰਟੇ ਪਹਿਲੇ ਸਾਡੇ ਦੋਸਤਾਂ ਦੀ ਛੱਤਾਂ ਬੰਦ ਹੋ ਗਈਆਂ ਸਾਡੀ ਵੀ ਉੱਤੋਂ ਨਿਕਲ ਆਏ ਕਿਆ ਬਾਤ ਬਲਕਿ ਮੇਰੇ ਬੜੇ ਪਿਆਰੇ ਦੋਸਤ ਨੇ ਕਾਸ਼ੀ ਬੁਖਾਰੀ ਉਹਨਾਂ ਨੇ ਮੈਨੂੰ ਮੁਬਾਰਕਬਾਦ ਦਿੱਤੀ ਉਹ ਨਾ ਬਹੁਤ ਜ਼ਿਆਦਾ ਇਨਫੋਰਮੇਸ਼ਨ ਵੀ ਰੱਖਦੇ ਨੇ ਉਹ ਬਾਕੀ ਚੀਜ਼ਾਂ ਮਾਮਲਾਤ ਕੋਈ ਯੂ ਵੀ ਰੇਜ ਜਾਂ ਜਿਸ ਤਰ੍ਹਾਂ ਬੰਦੇ ਨੂੰ ਤਹਿਕੀਕੀ ਬੰਦਾ ਆਉਂਦਾ ਸ਼ੌਕ ਆਉਂਦਾ ਕਹਿੰਦੇ ਯਾਰ ਅੱਜ ਮੇਰਾ ਸਾਰਿਆਂ ਨਾਲ ਰਾਬਤ ਹੈ ਇਹ ਕਬੂਤਰ ਨਿਕਲਿਆ ਸਿਰਫ ਸਹੀ ਹੈ ਯਾਨੀ ਕਿ ਇੱਕ ਵਜੇ ਪੌਣੇ ਇੱਕ ਵਜੇ ਸਾਰੇ ਬੈ ਗਏ ਸਨ ਇਹ ਕਬੂਤਰ ਇਕੱਲਾ
ਕਸ਼ ਬਾਈ ਸਾਡੇ ਨਾਲ ਹੈ ਜੀ ਇਸ ਟਾਈਮ ਜੀ ਸਾਨੂੰ ਦੇਖਦੇ ਪਏ ਜੀ ਹਾਂਜੀ ਹਾਂਜੀ ਹਮੇਸ਼ਾ ਹੀ ਮੁਸ਼ਾਵਰਤ ਵੀ ਰਹਿੰਦੀ ਹੈ ਪਿਆਰ ਵੀ ਹੈ ਅੱਛਾ ਇੱਕ ਅਸੀਂ ਹੋਰ ਹੁਣ ਕਰਦੇ ਕਰਦੇ ਇੱਕ ਹੋਰ ਗੱਲ ਕਰਾਂ ਅਸੀਂ ਤੇ ਉਹਨਾਂ ਨੇ ਇੱਕ ਮਿਸਾਲ ਵੀ ਦਿੱਤੀ ਹੈ ਸ਼ਹਿਰ ਨੂੰ ਜੀ ਠੀਕ ਹੈ ਅਸੀਂ ਸ਼ੋਕ ਹੁਣ ਅਲੱਗਾ ਪਾਰਟੀਆਂ ਚ ਕਰ ਰਹੇ ਹਾਂ ਜੀ ਲੇਕਿਨ ਸਾਡੀ ਦੋਸਤੀ ਉਸੇ ਤਰ੍ਹਾਂ ਕੀ ਬਾਤ ਹੈ ਤੇ ਹੋਣਾ ਚਾਹੀਦਾ ਸਾਡਾ ਪਿਆਰ ਉਸੇ ਤਰ੍ਹਾਂ ਇਹ ਤੇ ਪਲੱਸ ਪੁਆਇੰਟ ਹੈ ਅੱਜ ਵੀ ਮੈਂ ਦੱਸੇ ਬਗੈਰ ਉੱਥੇ ਚਲਾ ਜਾਂਦਾ ਤੇ ਮੁਲਾਜ਼ਮਾਂ ਤੇ ਆਰਡਰ ਚਲਾ ਰਹੇ ਹੁੰਦਾ ਚਾਹੇ ਲੈ ਕੇ ਆਓ ਖਾਣਾ ਲੈ ਕੇ ਆਓ ਜੇ ਕਰੋ ਐਵੇਂ ਮਾਸ਼ਾਅੱਲਾ ਆਤਿਫ ਇੱਥੇ ਆ ਕੇ ਕਰਦਾ ਬਲੱਡਲਾਈਨ ਠੀਕ ਹੈ ਹੋਣੀ ਚਾਹੀਦੀ ਹੈ ਅੱਛੀ ਹੋਣੀ ਚਾਹੀਦੀ ਹੈ ਲੇਕਿਨ ਜਿਹੜੀਆਂ ਚੀਜ਼ਾਂ ਆਖਰ ਇਹਦਾ ਅੱਠਵਾਂ ਪਰ ਨਵੇਂ ਤੇ ਕਿਉਂ ਵੱਡਾ ਹੈ ਹਾਂ ਜੋੜਾਂ ਤੇ ਮੈਂ ਕਦੀ ਕੋਪਰਮਾਈਜ਼ ਕੀਤਾ ਹਾਂ ਨਹੀਂ ਮੈਨੂੰ ਉਸ ਤੇ ਮੈਂ ਕੋਈ ਦੀ ਗੱਲ ਕਦੀ ਕੀਤੀ ਅੱਛਾ ਉਹ ਮੈਂ ਤੁਹਾਨੂੰ ਮੋਰਾ ਖਾਦੇ ਕਬੂਤਰ ਵਿਖਾਇਆ ਸੀ ਦਿਖਾਇਆ ਸੀ ਬਿਲਕੁਲ ਦਿਖਾਇਆ ਸੀ ਸਭ ਦੀ ਵੱਖਰਾ ਸੀ ਜੀ ਬਿਲਕੁਲ ਇਦਾਂ ਸੀ ਸਭ ਦਾ ਪਰਾਂ ਦਾ ਸ਼ੇਪ ਵੀ ਵੱਖਰੀ ਸੀ ਬਿਲਕੁਲ ਇਦਾਂ ਹੀ ਫਿਰ ਮੈਨੂੰ ਦੱਸੋ ਇਹਦੇ ਚ ਮੈਂ ਕੀ ਕੱਢਾਂ ਮੈਨੂੰ ਦੱਸੋ ਨਾ ਫਿਰ ਉੱਥੇ ਜਾ ਕੇ ਅਕਲ ਬੰਦ ਹੋ ਜਾਂਦੀ ਹੈ ਮੈਂ ਤੁਹਾਨੂੰ ਪਰ ਵਿਖਾਏ ਸਨ ਉਹ ਰਿਪੀਟੇਸ਼ਨ ਦੀ ਲੋੜ ਨਹੀਂ ਵੱਖਰਾ ਸੀ ਸ਼ੇਪ ਵੱਖਰੀ ਸੀ ਵੱਖਰੀ ਸੀ ਸਾਈਜ਼ ਕਬੂਤਰਾਂ ਦੇ ਵੱਖਰੇ ਸਨ ਵੱਖਰੇ ਸੀ ਜੋੜ ਵੱਖਰੇ ਸਨ ਸਹੀ ਤੇ ਮੈਂ ਇਹ ਜੇਠ ਹੀ ਉਡਾਣਾ ਹਾਂਜੀ ਤੁਸੀਂ ਦੂਸਰੇ ਬੋਲ ਰਹੇ ਥੋੜੀ ਕਾਰੋਬਾਰੀ ਯਾਨੀ ਹੁੰਦਾ ਮਸਲਾ ਇਤਨੀ ਫਰਾਗਤ ਨਹੀਂ ਹੁੰਦੀ ਤੇ ਉਹ ਸਾਰੇ ਉੱਡੇ ਨੇ ਮੈਂ ਤੁਹਾਨੂੰ ਟਾਈਮ ਵੀ ਦੱਸੇ ਸਨ ਇਸੇ ਤਰ੍ਹਾਂ ਹੁਣ ਕੀ ਕਰੀਏ ਦੋਸਤੋ ਇਹ ਸਾਰੀ ਹੈ ਨਾ ਹਰ ਨਸਲ ਦੀ ਆਪਣੀ ਇੱਕ ਸ਼ੇਪ ਵੀ ਹੈ ਹਾਂਜੀ ਇਸ ਤਰ੍ਹਾਂ ਨਸਲ ਦਾ ਆਪਣਾ ਪਰ ਵੀ ਹੈ ਸਹੀ ਹੈ ਅਸਲ ਚ ਇਹ ਸਾਰੀ ਬਦਲਦੇ ਪਤਾ ਕਿਸ ਤਰ੍ਹਾਂ ਨੇ ਉਹ ਖਾਨ ਸਾਹਿਬ ਨੇ ਜਿਹੜੀ ਗੱਲ ਤੁਸੀਂ ਕੀਤੀ ਉਹਨੇ ਕਿ ਨਹੀਂ ਇਹ ਚ ਇਹਨਾਂ ਦੀ ਜਿਹੜੀ ਚੀਜ਼ ਅਸੀਂ ਲਈ ਨਾ ਮਿਸਾਲ ਹੈ ਉਸਤਾਦ ਕੋਲੋਂ ਅਸੀਂ ਇਹ ਖੋਲਦੇ ਹਾਂ ਨਾ ਕਿਧਰੇ ਸਾਨੂੰ ਨਜ਼ਰ ਆ ਜਾਂਦੀ ਯਾਰ ਸਾਡੇ ਸ਼ੇਰ ਦਿਲਾਂ ਦਾ ਇਹ ਪਰ ਹੈ ਹੁਣ ਇਹ ਕਦੋਂ ਬਦਲੇਗਾ ਮੈਂ ਇਹਦੇ ਚ ਕਰਾਸ ਪਾਵਾਂਗਾ ਹਾਂਜੀ ਬਿਲਕੁਲ ਕਰ ਲਵਾਂ ਫਿਚੇ ਜੋ ਬਰੀ ਕਰ ਲਵਾਂ ਮੈਂ ਇਹ ਪਰ ਲੰਬਾ ਕਰ ਲਵਾਂ ਬਿਲਕੁਲ ਠੀਕ ਹੈ ਨਾ ਮੈਂ ਕੁਝ ਵੀ ਕਰ ਲਵਾਂ ਇਸ ਤਰ੍ਹਾਂ ਹਾਲਾਂਕਿ ਪਹਿਲੇ ਇਹਦੇ ਚ ਇੱਕ ਹੋਰ ਖੂਨ ਮੈਂ ਵਾੜਾਂਗਾ ਮੈਂ ਜੋ ਚੀਜ਼ ਮਰਜ਼ੀ ਬਣਾ ਲਵਾਂ ਉਹ ਮੇਰੇ ਪਸੰਦ ਤੇ ਆ ਵੀ ਮੈਂ ਕੀ ਚੀਜ਼ ਚਾਹਨਾ ਇਹ ਸਹੀ ਗੱਲ ਮਜ਼ਾ ਆ ਜੀ ਅਸਲ 'ਚ ਨਾ ਸਾਰੀ ਜਿਹੜੀ ਗੁਫਤਗੂ ਕੀਤੀ ਹੈ ਅਸਮਾਨ ਬਾਈ ਇਹਦਾ ਮਕਸਦ ਸਿਰਫ ਇਹ ਸੀਗਾ ਕਿ ਦੋਸਤਾਂ ਨੂੰ ਜ਼ਿਆਦਾ ਜ਼ਿਆਦਾ ਜਿਹੜਾ ਨਾ ਉਹ ਗੁਫਤਗੂ ਦਾ ਕਰਕੇ ਪਤਾ ਚੱਲੇ ਕਿ ਕੀ ਡਿਬੇਟ ਕੀ ਹੋ ਰਹੀ ਹੈ ਕਿਸ ਚੀਜ਼ ਦੇ ਉੱਤੇ ਹੋਰ ਮਕਸਦ ਕੋਈ ਨਹੀਂ ਹੁੰਦਾ ਲਓ ਜੀ ਫਿਰ ਇੱਕ ਸ਼ੇਰ ਦਿਲ ਹੋਰ ਆਇਆ ਜੀ ਜੀ ਮੇਰੇ ਨਾਲ ਕੁਝ ਦੋਸਤ ਵੀ ਮੇਰੇ ਆਏ ਨੇ ਜੀ ਵਾਜਵਾ ਪੀਰ ਰਜਾ ਸਿਆਲ ਸਾਹਿਬ ਜੀ ਵੈਲਕਮ ਜੀ ਸਾਹੀਵਾਲ ਦੇ ਕਿਆ ਬਾਤ ਹੈ ਜੀ ਜ਼ੇਰ ਸ਼ਾਹ ਵੈਲਕਮ ਹੈ ਇਸ ਕਬੂਤਰ ਦੇ ਬਹੁਤ ਬੱਚੇ ਯਾਨੀ ਕੱਪਾਂ ਚੁੜਾ ਚੁੱਕੇ ਲਓ ਜੀ ਬਿਸਮਿਲਲਾ ਦੇ ਬਰਕਤ ਲਾ ਜੀ ਮੈਂ ਦਿਖਾਉਣਾ ਜੀ ਆਹਾ ਆਹਾ ਵਾਹ ਜੀ ਵਾਹ ਅੱਛਾ ਇਹਨਾਂ ਦੀਆਂ ਅੱਖਾਂ ਵੀ ਮੁਖਤਲਿਫ ਹੈ ਦੂਜੇ ਚੌਸੇ ਨਾਲੋਂ ਇਹ ਮੁਖਤਲਿਫ ਹੈ ਜਿੱਦਾਂ ਖਾਨ ਸਾਹਿਬ ਮਰੂਮ ਨੇ ਫਰਮਾਇਆ ਸੀਗਾ ਕਿ ਉਹਨਾਂ ਚ ਇਮਤਿਆਜ਼ ਹੈ ਨਾ ਕਿਸ ਚੀਜ਼ਾਂ ਨਾਲ ਮੈਂ ਤੁਹਾਨੂੰ ਦੱਸਿਆ ਨਾ ਪੰਜ ਛੇ ਕਲਰ ਨਿਕਲਦੇ ਨੇ ਜਿਹੜੇ ਨਿਕਲਣਗੇ ਉਹ ਥੋੜਾ ਥੋੜਾ ਆਪਣੀ ਅੱਖ ਦਾ ਫਰਕ ਰੱਖਦੇ ਨੇ ਜਿਹੜੇ ਜਿਹੜੇ ਉਹਨਾਂ ਨੇ ਮਿਹਨਤ ਕੀਤੀ ਇਹਦੇ ਪਰ ਵੀ ਦਿਖਾਓ ਸਾਨੂੰ ਜੀ ਸਾਨੂੰ ਤੇ ਪਤਾ ਲੱਗੇ ਨਾਲੇ ਹਾਂ ਬਸ ਜਾਣ ਦਿਓ ਦੇਖੋ ਜੀ ਫਿਰ ਚੀਜ਼ਾਂ ਬੋਲਦੀਆਂ ਨੇ ਨਾ ਫਿਰ ਉਹ 'ਚ ਫਿਰ ਬੰਦਾ ਗੁਫਤਗੂ ਤੇ ਫਿਰ ਕਰਦਾ ਨਾ ਲਓ ਦੋਸਤੋ ਮੈਂ ਜੋ ਦਿਖਾਉਣਾ ਚਾਹ ਰਿਹਾ ਜੀ ਆਹ ਦੇਖ ਲਓ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਜੀ ਹਰ ਸ਼ਹਿਰ ਔਰ ਕਿੰਨਾ ਬੁਲੰਦ ਜੇ ਔਰ ਮੈਂ ਇਹ ਕਬੂਤਰ ਹਮੇਸ਼ਾ ਚੈਂਪੀਅਨ ਦੇਖੇ ਜੇ ਮੈਨੂੰ ਨਹੀਂ ਪਤਾ ਮੈਂ ਹੁਣ ਡਿਬੇਟ ਨਹੀਂ ਕਰਦਾ ਇਹ ਕਬੂਤਰ ਜਦੋਂ ਇਹ ਚੀਜ਼ ਆਉਂਦੀ ਹੈ ਤਾਂ ਮੈਂ ਇਹ ਚੈਂਪੀਅਨ ਦੇਖੇ ਇਹ ਬਹੁਤ ਛੋਟੇ ਨਾ ਤੇ ਆਖਰੀ ਪਾਰ ਵੀ ਦਿਖਾਓ ਸਮਝੀ ਨਹੀਂ ਹਾਲੇ ਇੱਦਾਂ ਨਹੀਂ ਜੀ ਆਖਰੀ ਪਾਰ ਦਿਖਾਓ ਲਓ ਜੀ ਫਿਰ ਦੇਖ ਲਓ ਜੀ ਉਹੀ ਗੱਲ ਹੋਈ ਨਾ ਜਿਹੜੀ ਮੈਂ ਗੱਲ ਕਹਿੰਦਾ ਪਹਿਲਾਂ ਉਸਮਾਨ ਬਾਈ ਜ਼ਾਹਰਾ ਜੀ ਇਹ ਹੈਗੇ ਆ ਤੇ ਕੋਈ ਨਾ ਕੋਈ ਗੱਲ ਤੇ ਹੈ ਨਾ ਇੱਦਾਂ ਤਾਂ ਨਾ ਤੁਸੀਂ ਕਹਿ ਸਕਦੇ ਉਸਤਾਦ ਵਾਕਈ ਉਸਤਾਦ ਹੁੰਦੇ ਨੇ ਹਾਂ ਕੋਈ ਸ਼ੱਕ ਨਹੀਂ ਉਸਤਾਦ ਵਾਕਈ ਉਸਤਾਦ ਹੁੰਦੇ ਅੱਛਾ ਤੁਸੀਂ ਇੱਕ ਚੀਜ਼ ਇਹ ਤੇ ਹੋਰ ਡਿਬੇਟ ਥੋੜ੍ਹੀ ਮੈਂ ਕਰਨੀ ਆ ਜੀ ਆਹ ਖੋਲੋ ਰਹਿ ਕੁੰਦਾ ਜੀ ਇੱਥੇ ਇਹ ਖੋਲੋ ਜਿਹੜਾ ਮਰਜ਼ੀ ਖੋਲੋ ਉਸਮਾਨ ਬਾਈ ਇਹ ਦੇਖੋ ਨਾ ਇਹ ਜਿਹੜਾ ਨਾ ਇਹ ਹਿੱਸਾ ਜਿਹੜਾ ਪਰ ਦੇ ਦੋ ਹਿੱਸੇ ਨਾ ਤਿੱਲੀ ਤੋਂ ਬਾਅਦ ਇਹ ਹਿੱਸੇ ਚੌੜੇ ਜ਼ਿਆਦਾ ਹੋਣੇ ਚਾਹੀਦੇ ਨੇ ਦੋਸਤ ਉਦੋਂ ਬਿਆਨ ਨਹੀਂ ਸੀ ਕਰ ਸਕਦੇ ਉਹਨਾਂ ਨੂੰ ਪਤਾ